ਸਸਿਕਾਲ ਸਵਾਗਤ ਦਿਵਾਨਾ ਟੀਵੀ ਤੇ ਰੇਡੀਓ ਨਾਲ ਜੁੜੇ ਸਾਰੇ ਸੰਗਤਾਂ ਸੁਣਈਆਂ ਨੂੰ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਦਿਵਾਨਾ ਤੇ ਆਪਣੇ ਨਾਲ ਜੁੜੇ ਨੇ ਡਾਕਟਰ ਬਲਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੋਮਿਕਸ ਵਿਭਾਗ ਦੇ ਸਾਫਕਾ ਹੈ ਡੀਨ ਕੰਟਰੋਲਰ ਪ੍ਰੀਖਿਆਵਾਂ ਲੇਖਕ ਬੁੱਧੀਜੀਵੀ ਬਾਸ ਪੱਕੀ ਸਿੱਖਿਸ਼ਿਤ ਡਾਕਟਰ ਬਲਵਿੰਦਰ ਸਿੰਘ ਸਵਾਗਤ ਬਾਜੀ ਸਸਿਕਾਲ ਥੈਂਕ ਯੂ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਡਾਕਟਰ ਸਾਹਿਬ ਦੇਖੋ 6-7 ਜੇ ਆਪਾਂ ਟੈਲੀਵਿਜ਼ਨ ਤੇ ਜੁੜਦੇ ਹੁੰਦੇ ਸੀਗੇ ਪੀਵੀਸੀ ਟੀਵੀ ਤੇ ਯੂਨੀਵਰਸਿਟੀ ਦੇ ਸਾਹਮਣੇ ਉਸ ਤੋਂ ਬਾਅਦ ਸੈਟਲਾਈਟ ਚੈਨਲ ਰੇਡੀਓ ਬੜਾ ਕੁਝ ਤੇ ਅੱਜ ਕੱਲ ਫਿਰ ਸਕਾਈਪ ਟੀਵੀ ਹੈ ਨਾ ਸੋ ਬੜੀ ਤਰੱਕੀ ਮਿਲੀ ਇਹਨੇ ਕੀਤੀ ਆ ਤੇ ਤਰੱਕੀ ਪੰਜਾਬ ਨੇ ਕਿੰਨੀ ਕੁ ਕੀਤੀ ਆ ਤੁਸੀਂ ਆਰਥਿਕ ਮਾਮਲਿਆਂ ਦੇ ਬਾਹਰ ਹੋ ਤੇ ਆਰਥਿਕ ਦਾ ਇਕਨੋਮਿਕਸ ਕੀ ਕਹਿੰਦੀ ਹੈ ਉਸ ਸੰਸਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਬਹੁਤ ਸਾਰੇ ਮਾਹਰ ਆਰਥਿਕ ਮਾਹਰ ਵਿਦਵਾਨ ਅਰਥਸ਼ਾਸਤਰੀ ਪੈਦਾ ਹੋਏ ਨੇ ਬਹੁਤ ਸਾਰੇ ਥੀਸਿਸ ਪੇਪਰ ਤੁਸੀਂ ਰਾਸ਼ਟਰੀ ਅੰਤਰਰਾਸ਼ਟਰੀ ਪੱਤਰ ਤੇ ਪੜ੍ਹਦੇ ਹੋ ਪੰਜਾਬ ਦਾ ਜਿਹੜਾ ਮੌਜੂਦਾ ਬਜਟ ਹੈ ਉਸ ਤੇ ਆਪਾਂ ਗੱਲਬਾਤ ਕੀਤੀ ਹੈ ਤੇ ਮਨੁੱਖੀ ਸੁਭਾਅ ਦੇ ਵਿੱਚ ਕਿੰਨਾ ਕੁ ਜੋੜ ਘਟਾਓ ਤਕਸੀਮਾ ਜ਼ਰਵਾ ਹੋਈਆਂ ਨੇ ਜੋ ਸੈਸ਼ਨ ਦੇ ਵਿੱਚ ਰੌਲਾ ਰੱਪਾ ਪੈ ਰਿਹਾ ਇੱਕ ਦੂਸਰੇ ਨੂੰ ਦੇਖ ਲਉਂ ਦੇਖ ਦੋ ਹੋ ਲਈ ਹੈ ਵਿਧਾਨ ਸਭਾ 'ਚ ਸਾਰੇ ਮਸਾਇਲ ਤੇ ਆਪਾਂ ਗੱਲਬਾਤ ਕਰਨੀ ਹੈ ਤੇ ਡਾਕਟਰ ਸਾਹਿਬ ਜਿਹੜਾ ਪੰਜਾਬ ਦਾ ਇਹ ਮੌਜੂਦਾ ਬਜਟ ਆਮ ਆਦਮੀ ਪਾਰਟੀ ਸਰਕਾਰ ਨੇ ਪੇਸ਼ ਕੀਤਾ ਨਾ ਕੋਈ ਟੈਕਸ ਲਾਇਆ ਤੇ ਨਾ ਕੁਝ ਘਟਾਇਆ ਨਾ ਵਧਾਇਆ ਇਸ ਤਰ੍ਹਾਂ ਕਿਸ ਪੈਟਰਨ ਤੇ ਇਸ ਟੈਕਸ ਦੇ ਸਿਸਟਮ ਨੂੰ ਇਸ ਬਜਟ ਨੂੰ ਤੁਸੀਂ ਇਸ ਵਾਰ ਦੇ ਨੂੰ ਵੇਖ ਦਿਓ 10.5 ਹਜ਼ਾਰ ਕਰੋੜ ਰੁਪਈਆ 10535 ਕਰੋੜ ਰੁਪਈਆ ਸੁਰੱਖਿਆ ਬਜਟ ਤੇ ਰੱਖਣਾ ਪੈ ਗਿਆ ਐਜੂਕੇਸ਼ਨ ਬਜਟ ਘੱਟ ਰਿਹਾ ਤੁਹਾਡੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਆਪਣੀ ਸਭ ਦੀ ਉਹਨਾਂ ਦਾ ਬਜਟ ਕੱਟ ਦਿੱਤਾ ਗਿਆ 200 ਕਰੋੜ ਤੋਂ ਕੱਟ ਕੇ 164 ਕਰੋੜ ਕਰ ਦਿੱਤਾ ਗਿਆ ਤੇ ਮਾਸਟਰ ਦਾ ਮੁੰਡਾ ਵੀ ਪੰਜਾਬ ਦੇ ਲਈ ਕੀ ਕੁਛ ਕਰੀ ਜਾ ਰਿਹਾ ਜੀ ਅ ਦੋਆ ਸਾਹ ਵੀ ਹੈ ਕਿ ਜਿਹੜਾ ਪਿਛਲਾ ਬਜਟ ਸੀਗਾ ਹੂੰ 22 23 ਦਾ ਤੇ 21 22 ਦੇ ਵਿੱਚ ਜਦ 20 21 ਚ ਜਿਹੜੀ ਗਰੋਥ ਰੇਟ ਸੀਗੀ ਉਹ ਨੈਗੇਟਿਵ ਸੀਗੀ ਤੇ ਉਹ ਰਾਸ਼ਟਰੀਆ ਲੈਵਲ ਤੇ ਵੀ ਰਾਸ਼ਟਰੀ ਪੱਧਰ ਤੇ ਵੀ ਨੈਗੇਟਿਵ ਸੀ ਤੇ ਪੰਜਾਬ ਦੀ ਵੀ ਨੈਗੇਟਿਵ ਸੀ ਹੂੰ ਹੂੰ ਜੋ ਕੋ 1.55 ਹਜ਼ਾਰ 860 ਕਰੋੜ ਦਾ ਬਜਟ ਸੀ ਪਿਛਲਾ ਤੇ ਫਿਰ ਉਹ ਸਬਲੀਮੈਂਟਰੀ ਬਜਟ ਵੀ ਜੁੜਿਆ ਜੀ ਜਿਹੜਾ ਕਿਹਾ ਜਾ ਰਿਹਾ ਕਿ ਉਹ 36 ਹਜ਼ਾਰ ਕਰੋੜ ਦਾ ਸੀ ਹੋਰ ਉਹਦਾ ਜੁੜ ਗਿਆ ਤੇ 26% ਦੀ ਜਿਹੜਾ ਵਾਧਾ ਕਿਹਾ ਜਾ ਰਿਹਾ ਇਹਦੇ ਬਾਰੇ ਵੀ ਕਲੈਰਿਟੀ ਹੋਣੀ ਚਾਹੀਦੀ ਪਿਛਲਾ ਬਜਟ ਟੋਟਲ ਜਿਹੜਾ ਅਸੀਂ ਕਿੰਨਾ ਸੀਗਾ ਤੇ ਉਹਦੇ ਚ ਜੇ ਤੁਸੀਂ ਇਨਫਲੇਸ਼ਨ ਵੀ ਪਾ ਲਓ ਫਿਰ ਉਹ ਕਿੰਨੇ ਪਰਸੈਂਟ ਐਕਚੁਅਲ ਚ ਕਿੰਨਾ ਬਣਦਾ ਜੇ ਡਿਪਲੇ ਇਹ ਤਾਂ ਚਲੋ ਆਪਣੀ ਥਾਂ ਤੇ ਚਲੋ ਬਾਦਾ ਜੇ 20% ਵੀ ਆਪਾਂ ਮੰਨ ਲਈਏ ਵੀ ਹੋਇਆ ਚੰਗਾ ਤੇ 6 ਲੱਖ 28000 ਕਰੋੜ ਦੀ ਸਾਡੀ ਟੋਟਲ ਪੈਦਾਵਾਰ ਆ ਜਿਹੜਾ ਇਕਨੋਮਿਕ ਸਰਵੇ ਪੇਸ਼ ਕੀਤਾ ਗਿਆ ਇੱਕ ਦਿਨ ਪਹਿਲਾਂ ਉਹਦੇ ਵਿੱਚ ਹੀ ਅੰਕੜੇ ਆ ਇਹ ਪਰ ਇਹਦਾ ਗਰੋਥ ਰੇਟ ਜਿਹੜਾ ਪੰਜਾਬ ਦਾ ਕਨਸਟੈਂਟ ਜਿਹੜਾ ਪ੍ਰਾਈਸਸ ਦੇ ਵਿੱਚ ਅਸੀਂ ਕਹਿੰਦੇ ਆ ਉਹ 21 22 ਦੇ ਵਿੱਚ 5.1% ਆ ਜੀ ਨੈਸ਼ਨਲ ਲੈਵਲ ਦਾ ਸੀਗਾ ਉਹ ਗਰੋਥ ਰੇਟ 8.7% ਸੀ ਆਦੋਂ ਦੇਖ ਕੰਟ੍ਰੈਕਸ਼ਨ ਜਿਹੜੀ ਸੀਗੀ ਉਹ ਪਹਿਲਾਂ ਸੀ ਤੇ ਉਸ ਤੋਂ ਬਾਅਦ ਗਰੋਥ ਰੇਟ ਸਾਡਾ ਜਿਹੜਾ ਗਰੋਥ ਰੇਟ ਆ ਬਹੁਤ ਪਿਛਲੇ ਸਾਲਾਂ ਤੋਂ ਉਹ ਨੈਸ਼ਨਲ ਜਿਹੜਾ ਗਰੋਥ ਰੇਟ ਆ ਉਸ ਤੋਂ ਘਟ ਹੈ ਹੂੰ ਹੂੰ ਇਹ ਪਿਛਲੇ ਸਾਲ ਵੀ ਉਹ ਘਟ ਰਿਹਾ ਨੈਸ਼ਨਲ ਲੈਵਲ ਦਾ ਗਰੋਥ ਰੇਟ ਜਿਆਦਾ ਸਾਡਾ ਜਿਹੜਾ ਪੰਜਾਬ ਵੀ ਸੀ ਸੁੱਭਾ ਕਹਿੰਦੇ ਆ ਵੀ ਕਿਸੇ ਵੜੇ ਲੀਡ ਕਰਦਾ ਸੀ ਇੱਥੇ ਦਾ ਗਰੋਥ ਰੇਟ ਨੈਸ਼ਨਲ ਗਰੋਥ ਰੇਟ ਨਾਲੋਂ ਵੱਧ ਸੀਗਾ ਵਿਕਾਸ ਦਰ ਹਾਂ ਜੀ ਕਿਸਾਨਦਾਰ ਉਹਦੇ ਨਾਲੋਂ ਜ਼ਿਆਦਾ ਸੀ ਉਹ ਪ੍ਰੋਫੈਸ਼ਨਲ ਲੈਵਲ ਤੋਂ ਥੱਲੇ ਆ ਜੀ ਤੇ ਉਹਦੇ ਲਈ ਆ ਬਾਕੀ ਜਿਹੜਾ ਟੋਟਲ ਰਾਸ਼ਟਰੀ ਪੱਧਰ ਤੇ ਖੇਤੀਬਾੜੀ ਦਾ ਜਿਹੜਾ ਹਿੱਸਾ ਉਹ ਦਾ 14 15 16% ਹੁੰਦਾ ਹੂੰ ਹੂੰ ਤੇ ਇੱਥੇ 31% ਹੈ ਅੱਛਾ ਜੀ ਖੇਤੀਬਾੜੀ ਤੇ ਹੋਰ ਹੈਗਾ ਉਹ ਦਾ 31% ਜਿਹੜਾ ਆ ਇਕਨੋਮਿਕ ਸਰਵੇ ਆ ਉਹਦੇ ਵਿੱਚ ਹੀ ਆ ਇਹ 31% ਜਿਹੜਾ हिस्सा ਹੋ ਖੇਤੀਬਾੜੀ ਤੋਂ ਖੇਤੀਬਾੜੀ ਨਾਲ ਜਿਹੜੀਆਂ ਸੰਬੰਧਤ ਨੇ ਉਹਨਾਂ ਤੋਂ ਹੂੰ ਹੂੰ ਸੋ ਅਸੀਂ ਖੇਤੀਬਾੜੀ ਨੂੰ ਮੁੱਖ ਧਿਰ ਬਣਾਉਣੀ ਆ ਉਹਦੇ ਚ ਦੋ ਤਿੰਨ ਗੱਲਾਂ ਹੀ ਕਰਨੀਆਂ ਮੈਂ ਇੱਕ ਤਾਂ ਹੈਗਾ ਕਿ ਉਹਦਾ ਬਜਟ ਜਿਹੜਾ ਉਹ ਖੇਤੀਬਾੜੀ ਦਾ ਉਹ 13888 ਕਰੋੜ ਦਾ ਹੂੰ ਹੂੰ ਉਹਦੇ ਚ ਕਿਹਾ ਗਿਆ ਕਿ ਇਹ 22 20% ਜ਼ਿਆਦਾ ਹੂੰ ਹੂੰ ਤਾਂ ਮਤਲਬ ਕੁੱਲ ਜਿਹੜਾ ਬਜਟ ਹੈ ਜੀ ਉਹਦੇ 26% ਹੈ ਤਾਂ ਖੇਤੀਬਾੜੀ ਦੇ ਬਜਟ ਦੇ ਵਿੱਚ ਉਹਦੇ ਨਾਲੋਂ ਘੱਟ ਵੱਧਦਾ ਹੂੰ ਆਪ ਕੀ ਕਹਿ ਰਹੇ ਹੋ ਤੁਸੀਂ ਮਤਲਬ ਜਿਹੜਾ ਤੁਹਾਡਾ ਬਜਟ ਆ ਉਹਦੇ ਵਿੱਚ ਹੀ ਕਹਿ ਰਹੇ ਹੋ ਜੀ ਹੁਣ ਇਹ ਜਿਹੜਾ 13888 ਕਰੋੜ ਹੈ ਹੂੰ ਇਹਦੇ ਵਿੱਚ 939319333 ਕਰੋੜ ਹੂੰ ਉਹਦਾ ਬਿਜਲੀ ਹੈ ਜਿਹੜੀ ਜਿਹੜੀ ਮੁਫਤ ਜਾਂਦੀ ਹੈ ਉਹਦਾ ਪੈਸਾ ਜੀ ਜੇ ਉਹਨੂੰ ਕੱਢ ਲਓ ਤਾਂ 4557 ਕਰੋੜ ਰੁਪਇਆ ਬਚਦਾ ਅੱਛਾ ਜੀ ਹੈਨਾ ਜੀ ਦੇ ਉਹ ਜਿਹੜਾ ਹੁਣ ਬਿਜਲੀ ਜਿਹੜੀ ਦਿੱਤੀ ਜਾ ਰਹੀ ਹੈ ਉਹ ਹੁਣ ਜਿਹੜੀ ਪੂਰੀ ਦੀ ਪੂਰੀ ਇੱਕ ਬੋਟਾਂ ਦੀ ਰਾਜਨੀਤੀ ਬਣ ਗਈ ਹੂੰ ਉਹ ਹੁਣ ਜਿਹੜੇ ਜਿਹੜੇ ਛੋਟੇ ਕਿਸਾਨ ਹੈ 2.5 ਏਕੜ 5 ਏਕੜ ਵਾਲੇ ਜਾਂ 7.5 ਜਾਂ 10 ਏਕੜ ਤੱਕ ਦੇ ਵੀ ਉਹਨਾਂ ਕੋਲ ਕਿੰਨੀਆਂ ਮੋਟਰਾਂ ਨੇ ਉਹਨਾਂ ਦਾ ਕਿੰਨਾ ਪੈਸਾ ਤੁਸੀਂ ਮਾਫ ਕਰ ਰਹੇ ਹੋ ਹੂੰ ਜਿਹੜੇ 10 ਏਕੜ ਤੋਂ ਉੱਤੇ ਵਾਲੇ ਆ ਪੰਜਾਬ ਦੇ ਵਿੱਚ 20 ਤੋਂ 25 ਏਕੜ ਵਾਲਿਆਂ ਦੀ ਗਿਣਤੀ ਪਿਛਲੇ ਦਿਨਾਂ 'ਚ ਵਧੀ ਹੈ ਜੀ ਹੈ ਨਾ ਜੀ ਹਿੰਦੁਸਤਾਨ ਭਾਰਤੀ ਵਿੱਦਰ ਦੇ ਘਟਿਆ ਪੰਜਾਬ ਚ ਵਧੀ ਹੈ ਮਤਲਬ ਅਮੀਰ ਕਿਸਾਨ ਵਧੇ ਨੇ ਹੈ ਜੀ ਵਧੇ ਜੀ ਐਕਸਟਰਾ ਲਾਰਜ ਕਹਿੰਦੇ ਆ ਅਸੀਂ ਉਹਨਾਂ ਨੂੰ ਉਹਨਾਂ ਦੀ ਗਿਣਤੀ ਵਧੀ ਹੈ ਪੰਜਾਬ ਚ ਤੇ ਜਿਹੜੇ ਛੋਟੇ ਕਿਸਾਨੀ ਉਹ ਬਾਹਰ ਤੇ ਉਹਨਾਂ ਨੇ ਜ਼ਮੀਨਾਂ ਵੱਡਿਆ ਨੇ ਖਰੀਦੀਆਂ ਨੇ ਛੋਟੇ ਛੋਟੇ ਬਿਲ ਗੈਟਸ ਪੈਦਾ ਹੋ ਗਏ ਮਤਲਬ ਜਿਹੜੇ ਜਿਹੜੀ 5 ਏਕੜ ਵਾਲੇ ਆ ਜਾਂ ਜਿਹਦੇ ਕੋਲ 7 ਏਕੜ ਆ ਉਹ ਆਪਣੇ ਕਿੱਲੇ ਵੇਚਦਾ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਦਾ ਨਹੀਂ ਗਹਿਣੇ ਰੱਖ ਦਿੰਦਾ ਫਿਰ ਮੁੜ ਕੇ ਵਿਗ ਜਾਂਦਾ ਤੇ ਉਹ ਹੈ ਇੱਕ ਇੱਕ ਪ੍ਰੋਸੈਸ ਇਥੇ ਚੱਲ ਰਿਹਾ ਸੋ ਉਹ ਜਿਹੜਾ ਹੁਣ ਆਪਾਂ ਗੱਲ ਕਰੀਏ ਕਿ ਜਿਹੜੀਆਂ ਤੁਸੀਂ ਬਿਜਲੀ ਮੁਕਤ ਦੇ ਰਹੇ ਹੋ ਜਿਨ੍ਹਾਂ ਨੂੰ ਲੋਡ ਹੈ ਜਿਨ੍ਹਾਂ ਨੂੰ ਐਕਚੁਅਲੀ ਫ੍ਰੀ ਮਿਲਣੀ ਚਾਹੀਦੀ ਹੈ ਉਹਨਾਂ ਦਾ ਹਿੱਸਾ ਇਸ 93 9331 ਕਰੋੜ ਚ ਕਿੰਨਾ 35% ਸਾਡੇ ਕੋਲ 5 ਇਕੜ ਤੋਂ ਛੋਟੇ ਕਿਸਾਨ ਹੈ 35% ਦੇ ਕਰੀਬ ਹੂੰ ਇਹ ਉਹਨਾਂ ਨੂੰ ਇਹ ਜੋ 35% ਮਿਲਦਾ ਹੂੰ ਹੂੰ ਇਹ ਉਹਨਾਂ ਨੂੰ ਮਿਲਦਾ ਹੀ 10% ਜਾਂ 5% ਹੈ ਫਿਰ ਉਹਨਾਂ ਉਹਨਾਂ ਵਾਲਾ ਕੱਢ ਕੇ ਬਾਕੀ ਦਾ ਕਿਉਂ ਖਰਚ ਰਹੇ ਹੋ ਤੁਸੀਂ ਹੂੰ ਹੂੰ ਤੇ ਇਸ ਪੀਸੀਐਲ ਨੂੰ ਤੱਕ ਰਹੇ ਹੋ ਕਿ ਉਹ ਵਿੱਤੀ ਸੰਕਟ ਦੇ ਵਿੱਚ ਜਾਵੇ ਹੂੰ ਹੂੰ ਨੰਬਰ 1 ਸੋ ਇਹ ਜਿਹੜੇ ਪੈਸੇ ਆ ਜੇ ਉੱਥੋਂ ਮਤਲਬ ਰੈਸ਼ਨਲਾਈਜੇਸ਼ਨ ਹੋਣੀ ਚਾਹੀਦੀ ਹੈ ਦੀ ਤੇ ਰੈਸ਼ਨਲਾਈਜੇਸ਼ਨ ਕਰਕੇ ਜੇ ਪੈਸੇ ਬਚਦੇ ਆ ਫਿਰ ਉਹ ਹੋਰ ਥਾਵਾਂ ਤੇ ਇਹ 4557 ਕਰੋੜ ਜਿਹੜੇ ਹੈਗੇ ਆ ਬਾਕੀ ਦੇ ਇਹਦੇ ਚ ਵੰਡਾ ਹੋ ਸਕਦਾ ਉਹ ਫਿਰ ਅਸੀਂ ਲਾ ਸਕਦੇ ਆ ਚਾਹੇ ਉਹ ਸਹਿਕਾਰੀ ਖੇਤੀ ਦੀ ਗੱਲ ਕਰੀਏ ਫਿਰ ਚਾਹੇ ਡਾਈਵਰਸੀਫਿਕੇਸ਼ਨ ਦੀ ਗੱਲ ਕਰੀਏ ਫਿਰ ਚਾਹੇ ਜੋ ਮਰਜੀ ਗੱਲ ਕਰੀਏ ਹੂੰ ਹੂੰ ਤੇ ਡਾਈਵਰਸੀਫਿਕੇਸ਼ਨ ਦਾ ਜਿਹੜਾ ਮੁੱਦਾ ਇਹ ਅੱਜ ਦਾ ਤਾਂ ਹੈ ਨਹੀਂਗਾ ਜਿਹੜਾ 1985 ਦੇ ਵਿੱਚ ਪਹਿਲੀ ਵਾਰੀ ਜਦੋਂ ਝੋਨਾ ਵਿਕਣ ਦੀ ਦਿੱਕਤ ਆਈ ਸੀਗੀ ਪਹਿਲੀ ਜੌਲ ਕਮੇਟੀ ਬਣੀ ਸੀ ਜੀ ਉਦੋਂ ਵੀ ਉਹਨਾਂ ਨੇ ਕਿਹਾ ਵੀ ਇਹਦੀ ਡਾਇਵਰਸੀਫਿਕੇਸ਼ਨ ਦੀ ਲੋੜ ਹੈ ਇਹਦੇ 2002 ਦੇ ਵਿੱਚ ਵੀ ਬਣੀ ਹੂੰ ਹੂੰ ਉਦੋਂ ਕਿਹਾ ਵੀ ਜਿਰੀ ਛੱਡ ਕੇ ਕਿ ਮੱਕੀ ਬਜਵਾਓ ਹੂੰ ਹੂੰ ਪੱਕੀ ਜਿਹੜਾ ਬੀਜ ਦਾ ਪ੍ਰਤੀ ਏਕੜ ਨੂੰ 4000 ਰੁਪਇਆ ਪ੍ਰਤੀ ਏਕੜ ਦੇਵੇ ਤੇ ਕੇਂਦਰ ਸਰਕਾਰ ਦੇ ਪੈਸੇ ਦੇਵੇ ਹੂੰ ਹੂੰ ਉਹ ਦਿੱਤੀ ਨਹੀਂ ਉਹ ਤੋਂ ਬਾਅਦ ਚਲੋ ਨੈਸ਼ਨਲ ਲੈਵਲ ਤੇ ਸੁਆਮੀ ਨਾਥਨ ਕਮਿਸ਼ਨ ਬਣ ਗਿਆ ਉਹਨੇ ਆਪਣੀ ਐਮਐਸਪੀ ਦਾ ਹੀ ਰਿਪੋਰਟ ਦਿੱਤੀ ਹੁਣ ਇਹਦੇ ਚ ਜੇ ਤੁਸੀਂ ਡਾਇਵਰਸੀਫਿਕੇਸ਼ਨ ਕਰਨੀ ਹੈ ਤੇ ਲੋਕਾਂ ਨੇ ਇਹਦੀ ਕੋਸ਼ਿਸ਼ ਕੀਤੀ ਲੋਕਾਂ ਨੇ ਸੂਰਜਮੁਖੀ ਬੀਜਿਆ ਲੋਕਾਂ ਨੇ ਅੰਗੂਰਾਂ ਦੇ ਬਾਗ ਵੀ ਲਾ ਕੇ ਦੇਖੇ ਹੋਰ ਬੜਾ ਕੁਝ ਕਰਕੇ ਦੇਖਿਆ ਮੁੜ ਕੇ ਲੱਗ ਪਏ ਇਹ ਹੋਇਆ ਕਿ ਜੇ ਸਾਨੂੰ ਆਮਦਨ ਦਾ ਕਿਸਾਨ ਨੂੰ ਕੋਈ ਜਰੀਆ ਬਣਦਾ ਉਹ ਜੀਰੀ ਤੇ ਕਣਕੀ ਬਣਦੀ ਹੈ ਹੂੰ ਇਸੇ ਲਈ ਅਗਲਾ ਨੇ ਕਪਾਹ ਵੀ ਪੱਟ ਕੇ ਵੀ ਉੱਥੇ ਘਟ ਕੇ ਹਟਾ ਕੇ ਉੱਥੇ ਝੋਨਾ ਲਾਉਣਾ ਸ਼ੁਰੂ ਕਰ ਲਿਆ ਹਾਂਜੀ ਰੇਤੇ ਵਾਲੇ ਏਰੀਏ 'ਚ ਝੋਨਾ ਲੱਗਦਾ ਕਿ ਕਪਾਹ ਤੋਂ ਵੀ ਕੋਈ ਪੱਕਾ ਨਹੀਂ ਐ ਵੀ ਹਾਂ ਮਰ ਜੂਗੀ ਇੱਕ ਫਸਲ ਦੋ ਫਸਲ ਮਰ ਗਈ ਹਾਂਜੀ ਫਿਰ ਉਹਦਾ ਕੁਝ ਨਹੀਂ ਬਟਿਆ ਜਾਂਦਾ ਉਹ ਕਹਿੰਦਾ ਇਹਦੀ ਥਾਂ ਤੇ ਨਾ ਸੇਫ ਹੈ ਕਿ ਤੁਸੀਂ ਝੋਨਾ ਲਾ ਲਓ ਇਹ ਪੂਰੇ ਦਾ ਪੂਰਾ ਨਹੀਂ ਮਰਦਾ 100% ਨਹੀਂ ਮਰਦਾ ਜੀ ਬੜਾ ਘਟਾ ਪੈ ਜਾਂਦਾ ਦੇਦੀ ਜਿਹੜੀ ਖਰੀਦ ਆ ਸ਼ੋਰ ਆ ਹੋਰ ਕਿਸੇ ਵੀ 23 ਫਸਲਾਂ ਦੇ ਉੱਤੇ ਹੁੰਦਾ ਤੇ ਉਹਦੇ ਵਿੱਚ ਇਹ ਨਹੀਂ ਗੱਲ ਠੀਕ ਹੈ ਕਿ ਗੰਨੇ ਦਾ ਰੇਟ ਪਹਿਲਾਂ ਕੈਪਟਨ ਦੇ ਨਾਲ ਉਦੋਂ ਐਜੀਟੇਸ਼ਨ ਐਸਕੇਐਮ ਦੀ ਚੱਲਦੀ ਸੀ ਇੱਥੇ ਵੀ ਧਰਨਾ ਲੱਗਿਆ ਉਹਨਾਂ ਨੇ 350 ਰੁਪਏ ਪਰ ਕੁਇੰਟਲ ਕੀਤਾ ਹੁਣ 380 ਰੁਪਏ ਪਰ ਕੁਇੰਟਲ ਹੋ ਗਿਆ ਉਹ ਠੀਕ ਰੇਟ ਹੈ ਲੇਕਿਨ ਉਹਦੇ ਵਿੱਚ ਅਦਾਇਗੀ ਜਿਹੜੀ ਹੈ 슈ਗਰ ਬਿੱਲਾਂ ਤੋਂ ਹੋ ਜੇ ਤੇ 슈ਗਰ ਫੈਡ ਆਪਣਾ ਕੰਮ ਕਰੇ ਵੈਲੀਡੇਸ਼ਨ ਦਾ ਇਹ ਇਹਦੇ ਲਈ ਕਾਫੀ ਐਫਰਟ ਕਰਨ ਦੀ ਲੋੜ ਹੈਗੀ ਹੈ ਜੀ ਦੂਜਾ ਹੈ ਸਭ ਬਿਲ ਗੇਟਸ ਵੱਡਾ ਕਿਸਾਨ ਬਣ ਗਿਆ ਅਮਰੀਕਾ ਦਾ ਤੁਸੀਂ ਪੰਜਾਬ ਦੀ ਗੱਲ ਕੀਤੀ ਕਿ ਛੋਟੇ ਵੀ ਵੀ 25 25 30 30 ਏਕੜ ਵਾਲੇ ਕਿਸਾਨ ਵੱਧ ਰਹੇ ਨੇ ਦੋ ਦੋ ਚਾਰ ਚਾਰ ਏਕੜ ਵਾਲੇ ਖਤਮ ਹੋ ਰਹੇ ਨੇ ਜ਼ਮੀਨ ਤੋਂ ਬਾਹਰ ਜਾ ਰਹੇ ਨੇ ਪੂਰੇ ਇੰਡੀਆ 'ਚ ਵੀ ਪੰਜਾਬ 'ਚ ਵੀ ਇਸ ਤਰ੍ਹਾਂ ਇਸ ਬਜਟ ਦੇ ਵਿੱਚ ਜਿਵੇਂ ਸਰਕਾਰ ਵਾਅਦਾ ਕਰਦੀ ਹੈ ਨਵੀਂ ਖੇਤੀਬਾੜੀ ਨੀਤੀ ਲਿਆਉਣ ਦੀ ਗੱਲ ਕਰਦੀ ਹੈ ਤੁਸੀਂ ਬਾਹਰ ਹੋ ਤੁਹਾਡੇ ਨਾਲ ਦੇ ਜਾਂ ਤੁਹਾਡੇ ਸਰਕਲ ਦੇ ਕਈ ਲੋਕ ਖੇਤੀਬਾੜੀ ਮਾਰ ਸਰਕਾਰਾਂ ਲਈ ਕੰਮ ਕਰਦੇ ਆਏ ਨੇ ਇਸ ਲਈ ਵੀ ਕਰ ਰਹੇ ਨੇ ਇਸ ਸਰਕਾਰ ਨਾਲ ਉਹ ਖੇਤੀਬਾੜੀ ਨੀਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਵੈਸੇ ਉਹੀ ਹੈ ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ 'ਚੋਂ ਇੱਕ ਕਾਨੂੰਨ ਦਿੱਲੀ 'ਚ ਲਾਗੂ ਕਰ ਦਿੱਤਾ ਸੀ ਕਾਲਾ ਕਾਨੂੰਨ ਪਰ ਫਿਰ ਵੀ ਇਸ ਸਰਕਾਰ ਜਿਵੇਂ ਦਾਅਵਾ ਕਰਦੀ ਹੈ ਖੇਤੀ ਸੈਕਟਰ ਦੇ ਵਿੱਚ ਜੋ ਨਿਘਾਰ ਆ ਰਿਹਾ ਉਤਮ ਖੇਤੀ ਮੱਧਮ ਵਪਾਰ ਥੋੜਾ ਜਿਹਾ ਸੁਧਾਰ ਹੋ ਸਕਦਾ ਇਸ 'ਚ ਜਿਹੜਾ ਇਹ ਬਜਟ ਰੱਖਿਆ ਗਿਆ ਕੋਈ ਗੁੰਜਾਇਸ਼ ਨਜ਼ਰ ਆਉਂਦੀ ਹੈ ਤੁਹਾਨੂੰ ਇਸ ਬਜਟ ਚੋਂ ਦੇਖੋ ਜਿੰਨਾ ਕੇ ਬਜਟ ਹੈਗਾ ਉਹਦੇ ਜੇ ਤੁਸੀਂ ਕਹੋ ਵੀ ਹਾਂਜੀ ਕਰਨਾ ਚਾਹੁੰਦੇ ਆ ਜੇ ਤੁਸੀਂ ਨਹਿਰੀ ਪਾਣੀ ਦੀ ਗੱਲ ਕਰੋ ਉੱਥੇ ਸੁਧਾਰ ਕਰ ਲਓ ਪਰ ਜਿਹੜਾ ਪਾਣੀ ਥੱਲੇ ਜਾ ਰਿਹਾ ਜਿਹ ਉਹਦਾ ਰੀਚਾਰਜ ਸਭ ਤੋਂ ਵੱਡਾ ਮਸਲਾ ਪਾਣੀ ਦਾ ਫਿਰ ਫਸਲਾਂ ਦੀ ਵਿਭਿੰਨਤਾ ਪਾਣੀ ਦਾ ਮੁੱਦਾ ਇਹੀ ਜੁੜਿਆ ਵਾ ਕਿ ਜੀਰੀ ਜਿਹੜੀ ਹੈ ਜੀ ਬੰਦ ਕਰੋ ਹੈਨਾ ਚੋਨਾ ਨਹੀਂ ਲੱਗਣਾ ਚਾਹੀਦਾ ਉਹਦੀ ਉਹਦੀ ਥਾਂ ਤੇ ਦੂਜੀਆਂ ਫਸਲਾਂ ਹੋਣੀਆਂ ਚਾਹੀਦੀਆਂ ਹੂੰ ਇਹ ਜਿਹੜਾ ਸਾਰਾ ਮੁੱਦਾ ਉਹ ਇਸ ਤਰ੍ਹਾਂ ਨਹੀਂ ਹੈ ਕਿ ਸਾਰੇ ਕਿਸਾਨਾਂ ਦਾ ਇੱਕੋ ਜਿਹਾ ਮਸਲਾ ਹੂੰ ਸਾਡੀ ਸੋਚ ਸਾਡੀ ਸਮਝ ਹੀ ਗਲਤ ਹੈ ਜਿਹੜੇ ਛੋਟੇ ਕਿਸਾਨ ਹਨ ਉਹਨਾਂ ਦਾ ਵੱਖਰਾ ਮੁੱਦਾ ਜਿਹੜੇ 10 15 ਇਕੜ ਤੋਂ ਉੱਤੇ ਵਾਲੇ ਉਹਨਾਂ ਦੇ ਵੱਖਰੇ ਮੁੱਦੇ ਹੈ ਹੂੰ ਹੂੰ ਇਹ ਤੁਸੀਂ ਬਹੁਤ ਸਾਰੇ ਜਿਹੜੇ ਪ੍ਰਚਾਰ ਹੁੰਦਾ ਵੀ ਜੈਵਿਕ ਖੇਤੀ ਲਾਓ ਜੀ ਤੁਸੀਂ ਆਰਗੈਨਿਕ ਫਾਰਮਿੰਗ ਕਰੋ ਹੂੰ ਇਹ ਆਰਗੈਨਿਕ ਫਾਰਮਿੰਗ ਕਰੋ ਤਾਂ ਉਹ 5 ਏਕੜ ਵਾਲਾ ਤਾਂ ਕਰ ਨਹੀਂ ਸਕਦਾ ਉਹ ਨਹੀਂ ਰਿਸਕ ਲੈ ਸਕਦਾ ਬਿਲਕੁਲ ਜੇ ਹੁਣ ਬਾਗਬਾਨੀ ਦੀ ਤੁਸੀਂ ਗੱਲ ਕੀਤੀ ਹੈ ਤਾਂ ਇੱਕ ਜਿਹੜਾ 5 ਏਕੜ ਵਾਲਾ ਉਹ 1 ਏਕੜ ਦੇ ਬਾਗਬਾਨੀ ਦਾ ਰਿਸਕ ਨਹੀਂ ਲੈ ਸਕਦਾ ਉਹ ਤੁਨੂੰ ਦਾ ਉਹਦਾ ਧਾਈ ਚਲਾਈ ਚੱਲਦੀ ਉਹਦਾ ਕਰਜ਼ੇ ਥੱਲੇ ਹੈਗਾ ਤੇ ਜ਼ਿਆਦਾਤਰ ਜਿਹੜੇ ਸੀਓਸਾਈਡ ਆ ਉਹਨਾਂ ਦੇ ਹੁੰਦੇ ਆ ਤੇ ਉਹ ਫਿਰ ਉਹਨਾਂ ਲਈ ਨੀਤੀ ਦੂਜਾ ਗੱਲ ਇਹ ਹੈ ਕਿ ਉਹ ਜਿਹੜੇ 5 ਏਕੜ ਵਾਲੇ ਆ ਜਾਂ 10 ਏਕੜ ਵਾਲੇ ਆ ਉਹ ਚਾਹੇ ਮਾਲਵੇ ਚ ਕਹ ਲੋ ਤੁਸੀਂ ਪਟਿਆਲੇ ਵਾਲਿਆਂ ਦਾ ਮਸਲਾ ਹੋਰ ਐ ਬਰੋਜਪੁਰ ਫਰੀਦਕੋਟ ਜਾ ਕੇ ਮਸਲੇ ਹੋਰ ਹਮ ਇੱਕ ਮਸਲੇ ਤਾਂ ਹੈ ਨਹੀਂ ਗੇ ਹਮ ਖੇਤੀ ਜਿਹੜੀ ਆ ਇਹਦੀ ਨੀਤੀ ਜਿਹੜੀ ਆ ਏਰੀਆ ਵਾਈਜ਼ ਕੀ ਆ ਜੀ ਤੇ ਉਹ ਉਹ ਜਿਹੜੇ ਫਾਰਮਰ ਐ ਜੇ ਕੋਆਪਰੇਟਿਵ ਨੂੰ ਤੁਸੀਂ ਤਕੜਾ ਕਰੋ ਤਾਂ ਸਭ ਤੋਂ ਵੱਧ ਬੈਨੀਫਿਟ ਜਿਹੜਾ 5 ਏਕੜ ਵਾਲਿਆਂ ਨੂੰ ਹੋਣਾ ਹਮ ਹਮ ਕਿਉਂਕਿ ਉਹਨਾਂ ਕੋਲ ਪੂੰਜੀ ਜਿਹੜੀ ਆ ਨਾ ਸਾਡੇ ਕੋਲ ਓਵਰ ਕੈਪਟਲਾਈਜੇਸ਼ਨ ਐ ਜੀ ਜਿੰਨੇ ਲੋੜ ਆ ਉਹਨੇ ਤੋਂ ਵੱਧ ਟਰੈਕਟਰ ਹੈ ਜਿੰਨੇ ਲੋੜ ਆ ਉਹਦੇ ਤੋਂ ਵੱਧ ਟਿਊਬਲ ਹੈ ਜਿੰਨੀ ਲੋੜ ਆ ਉਹਦੇ ਤੋਂ ਵੱਧ ਖੇਤੀ ਦੇ ਸੰਦ ਕਰੇ ਰੱਖੀ ਬੈਠੇ ਆ ਸਾਡਾ ਜਿਹੜਾ ਟਰੈਕਟਰ ਹੈ ਉਹਦੇ ਲਈ ਰਿਕਮੈਂਡੇਸ਼ਨ ਹੈ ਜਨਰਲੀ 25 ਹਾਰਸ ਪਾਵਰ ਦਾ ਕਿ ਜੇ ਟਰੈਕਟਰ ਇਕਨੋਮਿਕਲ ਹੈ ਨਾ ਤਾਂ ਉਹ 2000 ਘੰਟੇ ਘਟੋ ਘਟੇ ਇੱਕ ਸਾਲ ਚੱਲਣਾ ਚਾਹੀਦਾ ਹਮ ਐਵਰੇਜ ਦੇਖੋ ਸਾਡੀ ਜਿਹੜੀ ਮੰਢੀਰ ਹੈ ਨਾ ਉਹ ਵੀ ਵੱਡੇ ਟਰੈਕਟਰਾਂ ਦੇ ਮਗਰ ਪੈ ਗਈ ਹੈ ਇੱਕ ਅੰਦੋਲਨ ਦੇ ਦੌਰਾਨ ਵੀ ਕਸਾ ਨਾ ਨੇ ਟਰੈਕਟਰ ਡੈਮੋ ਟਰੈਕਟਰ ਟੋਚਨ ਨੂੰ ਸਰਕਾਰ ਨੇ ਰਿਕੋਗਨਾਈਜ਼ ਕਰ ਦਿੱਤਾ ਫਿਲਮਾਂ ਨੇ ਰਿਕੋਗਨਾਈਜ਼ ਕਰ ਦਿੱਤਾ ਜਿਹੜਾ ਕਿ ਹੂੜ ਮਾਤਾ ਡਾਇਰੈਕਟਰ ਟੋਚਨ ਇਹਦੀ ਬਜਾਏ ਬੜਦਾਂ ਦੀ ਦੌੜਾਂ ਰਵੈਤੀ ਖੇਡ ਸੀ ਸਾਊਥ ਵਾਲੇ ਲੈ ਗੇ ਨੇ ਉਹ ਜੱਲੀ ਕੱਟੂ ਵੀ ਕਰਦੇ ਆ ਤੇ ਸਾਡੇ ਬੜਦਾਂ ਦੀ ਠੋਕਰਾਂ ਪਹੁੰਚਾਉਣ ਦਾ ਰਵਾਜ ਮੀਆਂ ਵਾਲੀ ਮੰਡੀ ਵਿਕੇ ਵਹਿੜਕਾ ਨਗੌਰ ਦਾ ਸਾਰਾ ਖਤਮ ਕਰ ਦਿੱਤਾ ਉਹਦੀ ਜਗ੍ਹਾ ਟਰੈਕਟਰ ਟੋਚਨਾ ਦੀ ਰਵਿੱਧ ਵੱਡੇ ਵੱਡੇ ਟਰੈਕਟਰ ਐਡਿਟ ਸਪੀਕਰ ਨੇ ਵੱਡਾ ਕਰਾਹਾ ਨਹੀਂ ਹੁੰਦਾ ਜਿਹੜਾ ਸਪੀਕਰ ਟੰਗਿਆ ਹੁੰਦਾ ਖੈਰ ਦੂਸਰਾ ਵੱਡਾ ਸੈਕਟਰ ਹੈ ਪੰਜਾਬ ਸ਼ਬਦ ਗੁਰੂ ਦੀ ਧਰਤੀ ਹੈ ਸ਼ਬਦ ਤੇ ਸਿੱਖਿਆ ਤੇ ਸਰਕਾਰ ਦਾਵਾ ਕਰਦੀ ਹੈ ਪਰ ਇਸ ਵਾਰੀ ਕਿਉਂਕਿ ਦਿੱਲੀ ਦਾ ਵਿਰੋਧ ਬਹੁਤ ਹੋ ਰਿਹਾ ਦਿੱਲੀ ਮਾਡਲ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਆਇਆ ਵਿੱਤ ਮੰਤਰੀ ਚੀਮਾ ਸਾਹਿਬ ਨੇ ਕਿਉਂਕਿ ਪਤਾ ਕਿ ਰਿਕਸ਼ਨ ਜਾਏਗਾ ਦਿੱਲੀ ਮਾਡਲ ਦੀਆਂ ਗੋਗੇ ਗੌਣੇ हट ਗਏ ਜਿਵੇਂ ਗੁਜਰਾਤ ਮਾਡਲ ਤੇ ਭਾਜਪਾ ਕਾਲੀ ਗੌਂਦੇ ਸੀ ਖੈਰ ਹੁਣ 20 ਕਰੋੜ ਰੁਪਇਆ ਸਿੰਗਾਪੁਰ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਤੇ ਖਰਚਾ ਜਾ ਰਿਹਾ ਤੇ ਚਾਰ ਦੋ ਕਾਲਜ ਮੈਡੀਕਲ ਕਾਲਜ ਬਣਨੇ ਨੇ ਮੈਡੀਕਲ ਸਿੱਖਿਆ ਤੇ ਪੈਸਾ ਰੱਖਿਆ ਗਿਆ ਰਾਜ ਦੀਆਂ ਯੂਨੀਵਰਸਿਟੀਆਂ ਵਾਸਤੇ 990 ਕਰੋੜ ਦੀ ਗੱਲ ਕੀਤੀ ਗਈ ਹੈ ਤੇ ਸਿੱਖਿਆ ਤੇ ਸਿਹਤ ਫੰਡ ਤੇ ਭਾਈਚਾਰਕ ਭਾਈਵਾਲੀ ਦੀ ਕਾਇਆਕਲਪ ਕਰਨ ਦੇ ਇਸ਼ਤਿਹਾਰ ਆ ਰਹੇ ਨੇ ਮਾਨ ਸਾਹਿਬ ਦੇ ਬਹੁਤ ਵੱਡੇ ਪਰ ਪੰਜਾਬੀ ਯੂਨੀਵਰਸਿਟੀ ਨੇ ਤਾਂ ਮਾਨ ਸਾਹਿਬ ਦੀ ਗੋਭੀ ਦੀ ਕੱਚੀ ਵਪਾਰਨ ਬੜੀ ਪ੍ਰਮੋਟ ਕੀਤੀ ਸੀ ਇੱਥੋਂ ਹੀ ਉਹ ਸ਼ਾਇਨ ਕੀਤਾ ਇਸੇ ਸਟੇਜ ਤੋਂ ਬੜੇ ਕਲਾਕਾਰ ਉੱਠੇ ਨੇ ਪੰਜਾਬੀ ਯੂਨੀਵਰਸਿਟੀ ਚੋਂ ਇਹ ਬਜਟ ਦਾ ਪੰਜਾਬੀ ਯੂਨੀਵਰਸਿਟੀ ਦਾ ਬਜਟ ਘਟਣਾ ਜਾਂ ਸਿੱਖਿਆ ਦੇ ਵਿੱਚ ਕੀ ਕ੍ਰਾਂਤੀ ਲਿਆ ਰਿਹਾ ਓਵਰਲ ਜੇ ਐਜੂਕੇਸ਼ਨ ਸੈਕਟਰ ਦੀ ਬਜਟ ਦੀ ਪਰਚੋਲ ਕਰੀਏ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ 10535 ਕਰੋੜ ਰੁਪਇਆ ਅਮਨ ਕਾਨੂੰਨ ਵਾਸਤੇ ਰੱਖਿਆ ਗਿਆ 2000 ਦੇ ਕਰੀਬ ਜਿਹੜੇ ਨੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਪੰਜਾਬ ਆ ਗਏ ਨੇ ਪਟਿਆਲਾ ਚ ਤਾਇਨਾਤ ਹੋ ਗਏ ਨੇ 10000 10000 ਕਰੋੜ ਸੁਰੱਖਿਆ ਤੇ ਰੱਖਿਆ ਗਿਆ ਫਿਰ ਉਸ ਤੇ ਗੱਲ ਕਰਾਂਗੇ ਸਿੱਖਿਆ ਤੇ ਜਿਹੜਾ ਬਜਟ ਰੱਖਿਆ ਗਿਆ ਕੀ ਪੰਜਾਬ ਸਿੱਖਿਆਤ ਹੁੰਦਾ ਇਹਦੇ ਨਾਲ ਕਮੀ ਖਾਮੀ ਕਿੱਥੇ ਐ ਬਿਹਤਰ ਕੀ ਕੀਤਾ ਤੇ ਬਦਤਰ ਕੀ ਕੀਤਾ ਇਸ ਬਸ ਜਿਹੜੀ ਆਮ ਸਿੱਖਿਆ ਤੇ ਹਰ ਸਿੱਖ ਦੀਸ which is ਚੇਰੀ ਸਿੱਖਿਆ ਉਹ ਸਾਰੇ ਦਾ ਜਿਹੜਾ ਟੋਟਲ ਬਜਟ ਹੈਗਾ ਉਹ 17074 ਕਰੋੜ ਦਾ ਹਣੀ ਤੇ 17074 ਕਰੋੜ ਜਿਹੜਾ ਮੈਂ ਉਹਨੂੰ ਇਸ ਤਰ੍ਹਾਂ ਸੋਚਦਾ ਵੀ ਅਸੀਂ ਜਿਹੜਾ ਬਜਟ ਰੱਖਿਆ 9300 ਮਤਲਬ 9331 ਕਰੋੜ ਬਿਜਲੀ ਵਾਲਾ ਰੱਖ ਲਿਆ 497 ਕਰੋੜ ਜਿਹੜੇ ਔਰਤਾਂ ਨੂੰ ਫ੍ਰੀ ਬੱਸਾਂ ਚਾਹ ਵਾਲਾ ਰੱਖ ਲਿਆ ਫਿਰ ਇਸੇ ਤਰ੍ਹਾਂ ਅਸੀਂ 7780 ਕਰੋੜ ਹੈ ਜੀ 7780 ਕਰੋੜ ਰੁਪਈਆ ਜਿਹੜੀ ਬਿਜਲੀ 300 ਯੂਨਟ ਦਿੱਤੀ ਸਭ ਨੂੰ ਉਹ ਫ੍ਰੀ ਰੱਖ ਲਿਆ ਇਹ 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 ਸਾਰਾ ਜਿਹੜਾ ਜੇ ਟੋਟਲ ਲਾਓ ਨਾ ਇਹ 17608 ਕਰੋੜ ਬਣਦਾ ਹਲੇ ਔਰਤਾਂ ਨੂੰ 1000 ਰੁਪਿਆ ਪਰ ਮੰਥ ਵਾਲਾ ਜਿਹੜਾ ਉਹ ਉਹ ਹਲੇ ਦਿੱਤਾ ਨਹੀਂ ਜੇ ਉਹ ਵੀ ਆ ਜਾਂਦਾ ਤਾਂ 30000 ਕਰੋੜ ਬਣ ਜਾਂਦਾ ਤੇ 15% ਬਣਦਾ ਟੋਟਲ ਬਜਟ ਦਾ ਸੋ ਇਸ ਲਈ ਇਹ ਸਿੱਖਿਆ ਤੇ ਜਿੰਨਾ ਟੋਟਲਾ ਉਹਨਾਂ ਫ੍ਰੀ ਜਿਹੜਾ ਨਾ ਜੀ ਉਹਦੇ ਤੇ ਚੱਲਿਆ ਤੇ ਤੁਸੀਂ ਗੱਲ ਕੀਤੀ ਉਹਦੇ ਸਕੂਲਾਂ ਬਾਰੇ ਜ਼ਿਆਦਾ ਗੱਲ ਹੋਈ ਉਚੇਰੀ ਸਿੱਖਿਆ ਬਾਰੇ ਤਾਂ ਗੱਲ ਹੀ ਨਹੀਂ ਹੋਈ ਨਾ ਉਹ ਤਾਂ ਸਿਰਫ ਯੂਨੀਵਰਸਿਟੀਆਂ ਤੇ ਉਹਨਾਂ ਨਾਲ ਸੰਬੰਧਤ ਜਿਹੜੇ ਕਾਲਜ ਨੇ ਉਹਨਾਂ ਦੀ ਗੱਲ ਹੋਈ ਵੀ ਹਾਂ ਜੀ ਉਹਨਾਂ ਲਈ 990 ਕਰੋੜ ਹੈ ਆ ਜਿਹੜੇ ਜਿਹੜੇ ਹੁਣ ਜਿਹੜੀਆਂ ਸਟੇਟ ਦੀਆਂ ਯੂਨੀਵਰਸਿਟੀਆਂ ਨੇ ਉਹ ਕੋਈ 17-18 ਦੇ ਕਰੀਬ ਨੇ 20 ਦੇ ਕਰੀਬ ਪਹੁੰਚ ਜਾਂਦੀਆਂ ਜਿਹੜੀਆਂ ਹੁਣ ਪਬਲਿਕ ਯੂਨੀਵਰਸਿਟੀਆਂ ਨੇ ਉਹਦੇ ਵਿੱਚ ਜਿਹੜੀ ਪੰਜਾਬੀ ਯੂਨੀਵਰਸਿਟੀ ਵੀ ਹੈ ਗੁਰੂ ਨਾਨਕ ਹੈ ਪੀਏਯੂ ਹੈ ਆ ਗੁਰੂ ਅੰਗਦ ਦੇਵ ਵਟਨੀ ਯੂਨੀਵਰਸਿਟੀ ਹੈ ਜਗਤਗੁਰੂ ਗੁਰੂ ਨਾਨਕ ਉਪਨ ਯੂਨੀਵਰਸਿਟੀ ਹੈ ਸਪੋਰਟ ਯੂਨੀਵਰਸਿਟੀ ਹੈ ਗੁਰੂ ਤੇਗ ਬਹਾਦਰ ਲਾਜ ਯੂਨੀਵਰਸਿਟੀ ਹੈ ਫਿਰ ਦੋ ਯੂਨੀਵਰਸਟੀਆਂ ਜਿਹੜੀਆਂ ਪੀਟੀਯੂ ਹੈ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਹੈ ਹੈ ਜੀ ਇਹ ਕੋਈ 17 18 19 ਯੂਨੀਵਰਸਟੀਆਂ ਉਹਨਾਂ ਸਾਰੀਆਂ ਲਈ ਤੇ ਉਹਨਾਂ ਦੇ ਕੰਸਟੀਟੂਐਂਟ ਕਾਲਜਸ ਲਈ ਸਮੇਤ ਪੰਜਾਬ ਯੂਨੀਵਰਸਿਟੀ ਉਹ 990 ਕਰੋੜ ਹੈ ਤੇ 990 ਕਰੋੜ ਸਾਰੇ ਬਜਟ ਦਾ 0.5% ਬਣਦਾ ਹੈ ਜੀ 0.5% ਅੱਛਾ ਜੀ ਆ ਜਾ ਰਿਹਾ ਕਿ ਇਹ ਕਾਫੀ ਹੈ 0.5% ਦੀ ਸਿੱਖਿਆ ਤੇ ਬਜਟ ਬਣਦਾ ਜਿਹੜਾ ਕਹਿੰਦੇ ਬਹੁਤ ਜ਼ਿਆਦਾ ਜ਼ਿਆਦਾ ਤੇ ਜੇ ਤੁਸੀਂ ਟੋਟਲ ਪੈਦਾਵਾਰ ਦਾ ਲਾਓ ਚੇਰੀ ਸਿੱਖਿਆ ਵਾਲਾ ਤਾਂ ਉਹ 628000 ਕਰੋੜ ਦੀ ਸਾਡੀ ਪੈਦਾਵਾਰ ਹੈ ਤੇ ਉਹਦੇ ਚੋਂ ਅਸੀਂ 11100 ਰੁਪਿਆ ਜੇ ਬਾਕੀ ਦਾ ਵੀ ਲਾ ਲਓ ਤਾਂ ਇਹ ਦੇ ਲਗਭਗ ਜਿਹੜਾ ਅਸੀਂ ਤੇ ਉਚੇਰੀ ਸਿੱਖਿਆ ਯੂਨੀਵਰਸਿਟੀਆਂ ਨੂੰ 990 ਕਰੋੜ ਹੀ ਦੇ ਰਹੇ ਹੈ ਤੇ ਉਹਦੇ ਕਨਸਿਊਮੈਂਟ ਕਾ ਮਤਲਬ 0.5 ਜਿਹੜਾ ਫੀਸ ਦਾ ਟੋਟਲ ਬਜਟ ਦਾ ਹੈ ਐਜੂਕੇਸ਼ਨ ਦੇ ਆ ਮਾਨ ਸਾਹਿਬ ਐਸੇ ਜਿਹੜੀਆਂ ਸਕਿੱਟਾਂ ਕਰਦੇ ਸੀ ਨਾ ਕਈ ਵਾਰੀ ਆਪਣੇ ਡੈਡੀ ਤੋਂ ਵੀ ਕਫਾ ਹੋ ਜਾਂਦੇ ਸੀ ਕਹਿੰਦੇ ਮਾਸਟਰ ਧਰਨੇ ਲਾਉਂਦੇ ਇਹਨਾਂ ਨੂੰ ਤਾਂ ਜੇਲ੍ਹ 'ਚ ਭੇਜਣਾ ਚਾਹੀਦਾ ਇਹ ਹੁਣ ਕਹਿੰਦੇ ਹੁੰਦੇ ਸੀ ਸਾਲ ਦਾ ਡਾਟਾ ਕੱਢ ਕੇ ਕਿ ਇੰਨੀ ਤਾਂ ਛੁੱਟੀਆਂ ਆ ਜਾਂਦੀਆਂ ਨੇ ਪੜਾਉਂਦੇ ਕਦੋਂ ਮਤਲਬ ਪੂਰੇ ਮਾਸਟਰ ਦਾ ਮੁੰਡਾ ਮਾਸਟਰਾਂ ਦੇ ਪ੍ਰੋਫੈਸਰਾਂ ਦੇ ਬਾਅਦ ਪਿਆ ਹੋਇਆ ਤੇ ਜਿਹੜਾ ਤੁਹਾਡੀ ਯੂਨੀਵਰਸਿਟੀ ਦਾ ਆਪਣੀ ਸਾਡੀ ਯੂਨੀਵਰਸਿਟੀ ਦੇ ਵੀ ਕਹਾਂਗੇ ਪੰਜਾਬੀ ਯੂਨੀਵਰਸਿਟੀ ਮਾਂ ਬੋਲੀ ਦੇ ਨਾਂ ਤੇ ਬਣੀ ਵਿਸ਼ਵ ਦੀ ਦੂਜੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ ਇਹਨੂੰ ਜਿਹੜਾ 36 ਕਰੋੜ ਰੁਪਏ ਦਾ ਕਟ ਲਾ ਦਿੱਤਾ ਉਹਦਾ ਕੀ ਕਾਰਨ ਹੈ ਦੇਖੋ ਉਹ ਪੰਜਾਬੀ ਯੂਨੀਵਰਸਿਟੀ ਬਾਰੇ ਇਹ ਸਾਰੀਆਂ ਯੂਨੀਵਰਸਿਟੀਆਂ ਦਾ ਹੀ ਕੱਢੋਂਗੇ ਜਿਹੜੀਆਂ ਪੁਰਾਣੀਆਂ ਨੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਹਮ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਪੰਜਾਬ ਦੀ ਹਮ 1962 ਚ ਬਣੀ ਹਮ ਤੇ ਇਸ 10 ਜਿਹੜੇ ਜ਼ਿਲ੍ਹੇ ਆ ਉਹਨਾਂ ਨੂੰ ਕੇਟਰ ਕਰਦੀ ਹੈ ਹੂੰ ਇਹਦਾ ਮੋਟੋ ਹੈ ਪੰਜਾਬੀ ਭਾਸ਼ਾ ਤੇ ਪੰਜਾਬੀ ਕਲਚਰ ਸਭਿਆਚਾਰ ਨੂੰ ਫੁੱਲਦ ਕਰਨਾ ਤੇ ਉਹਦੇ 'ਚ ਕੰਮ ਕਰਨਾ ਹੂੰ ਇਹ ਆਪ ਵੀ ਕਹਿੰਦੇ ਆ ਤੇ ਕਿੰਨੇ ਬੰਦੇ ਨਿਕਲੇ ਤੇ ਮਾਲਵੇ ਦੀ ਸਿਰਮੌਰ ਸੰਸਥਾ ਜੀ ਇਹ ਬਾਕੀ ਯੂਨੀਵਰਸਿਟੀਆਂ ਨੂੰ ਵੀ ਕੱਢਾਂਗੇ 1991 92 ਦਾ ਹੂੰ ਜਦੋਂ ਉਦੋਂ ਗ੍ਰਾਂਟ ਹੁੰਦੀ ਸੀ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਅੰਕੜੇ ਬਿਲਕੁਲ ਪਤਾ ਨਹੀਂ ਕਿ ਉਦੋਂ ਜਿਹੜਾ ਸੈਲਰੀ ਬਿੱਲ ਹੈ ਨਾਨ ਟੀਚਿੰਗ ਦਾ ਤੇ ਟੀਚਿੰਗ ਦਾ ਉਹ 12 ਕਰੋੜ ਸੀ। ਅੱਛਾ ਜੀ। ਤੇ ਸਰਕਾਰ ਦੀ ਗ੍ਰਾਂਟ 15 ਕਰੋੜ ਸੀ ਉਸ ਵੇਲੇ। ਅੱਛਾ ਜੀ। ਹੈ ਨਹੀਂ। ਮਤਲਬ 3 ਕਰੋੜ ਸੈਲਰੀ ਬਿੱਲ ਤੋਂ ਜ਼ਿਆਦਾ। ਹੂੰ। ਇਹ ਯੂਨੀਵਰਸਿਟੀ ਦਾ ਬਜਟ ਹੁੰਦਾ ਸੀਗਾ 18 ਕਰੋੜ ਦਾ। ਹੂੰ। ਜਿਸਾਂ ਪਾ ਕੇ ਹੂੰ। ਤੇ ਹੁਣ ਜਿਹੜੀ ਸੈਲਰੀ ਬਿੱਲ ਹੈ ਉਹ ਤਾਂ 468 ਕਰੋੜ ਦਾ। ਹੂੰ। ਤੇ ਗ੍ਰਾਂਟ ਹੈ 164 ਕਰੋੜ। ਹੂੰ ਉਹਨੇ ਲਾਲੋ ਕਿੰਨੇ ਕਿ ਪਰਸੈਂਟ ਵੰਨਦੀ ਐ ਸੈਲਰੀ ਦਾ ਤੇ ਟੋਟਲ ਪਤਾ ਕੀ ਕਾਰਨ ਐ ਕਿ ਵੀਸੀ ਸਾਹਿਬ ਨਾਲ ਐਗਰੀ ਨਹੀਂ ਗਾ ਜਾਂ ਮਤਲਬ ਦੇਖੋ ਪੈਰਨਰ ਜਿਹੜੀ ਐ ਚੰਡੀਗੜ੍ਹ ਯੂਨੀਵਰਸਿਟੀ ਐ ਪ੍ਰਾਈਵੇਟ ਯੂਨੀਵਰਸਿਟੀ ਐ ਉਹ ਯੂਨੀਵਰਸਿਟੀਆਂ लवली ਯੂਨੀਵਰਸਿਟੀ ਹੋਰ ਯੂਨੀਵਰਸਿਟੀਆਂ ਤਰੱਕੀ ਕਰ ਰਹੀਆਂ ਨੇ ਇੱਥੇ ਤੇ ਮਹਿਮਾਨ ਆਉਣ ਤੋਂ ਵੀ ਗੁਰੇਜ਼ ਕਰਦੇ ਐ ਚੀਫ ਗੈਸਟ ਦੇ ਦੌਰ ਤੇ ਅਗਲਾ ਕਹਿੰਦਾ ਪੈਸੇ ਮੰਗਣਗੇ ਮਾਨ ਸਾਹਿਬ ਇੱਕ ਵਾਰੀ ਆ ਕੇ ਮੁੜ ਕੇ ਆਉਂਦੇ ਹੀ ਨਹੀਂ ਭਾਸ਼ਾ ਵਿਭਾਗ ਨਹੀਂ ਹੋ ਆਉਂਦੇ ਮਦੁਰਸਾ ਨੇ 36 ਕਰੋੜ ਰੁਪਏ ਕੱਟ ਲਾ ਕੇ ਪੈਸਾ ਬਚਾ ਕੇ ਸਿੱਖਿਆ ਤੇ ਕਿਹੜੇ ਪਾਸੇ ਰੋੜਿਆ ਜਾ ਰਿਹਾ 1.5 1000 ਕਰੋੜ ਰੁਪਈਆ ਕਹਿੰਦੇ ਪੰਜਾਬ ਦੀ ਪੁਲਿਸ 3ਵੇਂ ਸਥਾਨ ਤੇ ਸੀਗੀ ਦੇਸ਼ ਚ ਹੁਣ 12ਵੇਂ ਸਥਾਨ ਤੇ ਪਹੁੰਚ ਗਈ ਪਰ ਪੰਜਾਬ ਪੁਲਿਸ ਨੂੰ ਤਾਂ ਉਥੇ ਬਲਾਬਲਾ ਕੇ ਕੁੱਟ ਹੀ ਜਾਂਦੇ ਕਦੇ ਨਾਲੇ ਕਦੇ ਕਿਤੇ ਆ ਜਿਹੜਾ 2000 ਫੌਜੀ ਹੋਰ ਸੱਦ ਲਿਆ ਤੇ ਹੋਰ ਫੌਜ ਆ ਰਹੀ ਹੈ ਬੀਐਸਐਫ ਦੇ ਅਧੀਨ ਆਲਰੇਡੀ 50 ਕਿਲੋਮੀਟਰ ਏਰੀਆ ਆ ਗਿਆ ਜਿਹੜਾ ਰੱਖਿਆ ਬਜਟ ਤੇ ਪੈਸਾ ਵਧਾਇਆ ਗਿਆ ਤੇ ਉਹ ਕੀ ਕਾਰਨ ਹੈ ਯੂਨੀਵਰਸਿਟੀ ਤੇ 35 ਕਰੋੜ ਰੁਪਏ ਘਟਾਉਣ ਦਾ ਕੀ ਕਾਰਨ ਸਮਝਦੇ ਹੋ ਦੇਖੋ ਜਿਹੜਾ ਜਿਹੜੀ ਯੂਨੀਵਰਸਿਟੀ ਹੈ ਉਹਦੇ ਉਹਨੂੰ 2-3 ਸਾਲਾਂ ਤੋਂ 200 ਕਰੋੜ ਰੁਪਏ ਮਿਲ ਰਿਹਾ ਪਹਿਲਾਂ 214 ਕਰੋੜ ਮਿਲਿਆ ਫਿਰ 207 ਕਰੋੜ ਮਿਲਿਆ ਤੇ ਪਿਛਲੀ ਵਾਰੀ ਵੀ 7 ਕਰੋੜ ਘਟਾਇਆ ਗਿਆ ਚਲੋ ਐਡਾ ਇਸ਼ੂ ਬਣਿਆ ਨਹੀਂ ਤੇ ਇਸ ਵਾਰੀ ਮਤਲਬ 36 ਕਰੋੜ ਦਾ ਮਤਲਬ 18% ਘਟਾਇਆ ਗਿਆ ਜਿਹੜਾ ਵਧਣਾ ਸੀਗਾ ਤੇ ਅੱਜ ਜਿਹੜੀ ਅਸੈਂਬਲੀ ਦੇ ਵਿੱਚ ਡਿਬੇਟ ਮੈਂ ਸੁਣਦਾ ਸੀ ਉੱਤਰ ਦਿੱਤਾ ਗਿਆ ਹੈ ਨਾ ਉਹ ਵਿੱਤ ਮੰਤਰੀ ਸਾਹਿਬ ਵੱਲੋਂ ਉਹ ਕਹਿੰਦੇ ਜੀ ਅਸੀਂ ਜੁਨੀਵਰਸਿਟੀ ਨੂੰ ਨਹੀਂ ਮਰਨ ਦਿੰਦੇ ਬੀਸੀ ਸਾਹਿਬ ਜੋ ਕਹਿਣਗੇ ਜੋ ਮੰਗਣਗੇ ਅਸੀਂ ਦਵਾਂਗੇ ਬਜਟ ਦਾ ਹਿਸਾਬ ਹੋਊਗਾ ਉਹ ਦਵਾਂਗੇ ਤੇ ਬੀਸੀ ਸਾਹਿਬ ਜਿਹੜੇ ਆ ਉਹ ਵੀਡੀਓ ਪਾਈ ਫਿਰਦੇ ਆ ਉਹਦਾ ਚਿੱਠੀਆਂ ਦੇ ਹੀ ਫਿਰਦੇ ਆ 360 ਕਰੋੜ ਉਹਨਾਂ ਨੇ ਮੰਗਿਆ ਹੂੰ ਉਹ ਉਹਦਾ ਤੁਸੀਂ ਮਤਲਬ ਉੱਥੇ ਦੱਸੋ ਨਾ ਅਸੈਂਬਲੀ 'ਚ ਪਾਈ 360 ਕਰੋੜ ਤੋਂ ਮੰਗ ਚੁੱਕਿਆ ਜਿਹੜੀ ਪੂਟਾ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਆ ਉਹ ਮੰਗ ਚੁੱਕੀ ਆ ਉਹਦੇ ਚੁੱਕੀ ਆਪਣਾ ਮੈਮੋਰੈਂਡਮ ਵੀ ਸਾਨੂੰ ਇੰਨੇ ਪੈਸੇ ਦਿਓ ਤੇ ਤੁਸੀਂ ਯੂਨੀਵਰਸਿਟੀ 'ਚ ਆ ਕੇ ਅਨਾਉਂਸ ਕਰ ਚੁੱਕੇ ਹੋ ਕਿ ਅਸੀਂ ਇਹਨੂੰ ਕਰਜ਼ਾ ਮੁਕਤ ਕਰਾ ਵੀਸੀ ਦਾ ਪੱਖ ਹੈ ਦੇਖੋ ਅਖਬਾਰਾਂ ਹੁਣ ਤਾਂ ਚਲੋ ਜੀਤ ਨੂੰ ਨਹੀਂ ਐਡ ਕਰਦੇ ਉਹ ਤਾਂ ਲਾਹਣ ਕੇ ਬੀਸੀ ਦਾ ਪੂਟਾ ਦਾ ਪੱਖ ਪ੍ਰਿੰਟ মিডিਆ ਜਾਂ ਪੰਜਾਬ ਦਾ মিডিਆ ਫਿਰ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਨਹੀਂ ਲਿਆਉਂਦਾ ਜਾਂ ਉਹਨਾਂ ਨੇ ਵੀ ਐਡ ਰੂਡ ਲੈਣੀ ਹੁੰਦੀ ਆ ਬੋਲਦੇ ਨਹੀਂ ਬੀਸੀ ਦਾ ਯੂਨੀਵਰਸਿਟੀ ਦਾ ਪੱਖ ਦੇਖੋ ਜੇ ਤਾਂ ਆਪਾਂ ਇਹ ਮੰਨੀਏ ਵੀ ਉਹਨਾਂ ਨੂੰ ਇਹ ਗੱਲ ਪਤਾ ਨਹੀਂ ਹੂੰ ਫਿਰ ਮੇਰਾ ਖਿਆਲ ਆਪਣੇ ਆਪ ਨੂੰ ਮੂਰਖ ਮਣਾਉਣ ਵਾਲੀ ਗੱਲ ਹੋਊਗੀ ਪਤਾ ਤਾਂ ਹੁੰਦਾ ਪਤਾ ਤਾਂ ਹੁੰਦਾ ਤੇ ਪਤਾ ਹੋਣ ਦੇ ਬਾਵਜੂਦ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਤਾਂ ਉਹਦਾ ਕਾਰਨ ਉਹਨਾਂ ਨੂੰ ਪਤਾ ਹੋਊਗਾ ਕੀ ਹੈ ਪੜਾ ਇਹਦੇ ਚ ਜੇ ਤੁਹਾਡੀ ਵੀ ਸੀ ਨਾਲ ਨਹੀਂ ਬਣ ਰਹੀ ਹੂੰ ਕੀ ਤੁਸੀਂ ਪਤਾ ਹੋਣਾ ਹੈ ਨਾ ਫਿਰ ਤੁਸੀਂ ਇੰਸਟੀਚੂਸ਼ਨ ਨੂੰ ਮਾਰ ਦੋਗੇ ਵੀ ਸੀ ਬਦਲ ਦਿਓ ਪਹਿਲੇ ਵੀ ਬਦਲ ਲਿਆ ਨੇ ਤੁਸੀਂ ਬਦਲ ਦਿਓ ਜੇ ਕੇਂਦਰੀ ਸਰਕਾਰ ਦੀ ਮੋਦੀ ਸਰਕਾਰ ਦੀ ਹੈ ਨਾ ਮਾਨ ਸਰਕਾਰ ਨਾਲ ਜੇ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਤੇ ਜੇ ਉਹਦੇ ਨਾਲ ਨਹੀਂ ਬਣਦੀ ਫਿਰ ਕੀ ਮੋਦੀ ਸਾਹਿਬ ਜੇ ਉਹ ਨਹੀਂ ਦਿੰਦੇ ਜੇ ਪੈਸੇ ਨਾ ਦੇਣ ਜੇ ਜਿਹੜਾ ਜਿਹੜਾ ਰੂਰਲ ਡਵੈਲਪਮੈਂਟ ਫੰਡ ਹੈ ਜਿਹਨੂੰ ਰੋਕੀ ਬੈਠਿਆ ਹੈ ਫਿਰ ਉੱਥੇ ਕਿਉਂ ਕਹਿੰਦੇ ਹੋ ਬਈ ਹੂੰ ਉਹ ਪੰਜਾਬ ਦਾ ਪੈਸਾ ਪੰਜਾਬ ਮਰ ਰਿਹਾ ਸੀ ਕਹਿੰਦੇ ਉਹ ਗਲਤ ਹੋ ਰਿਹਾ ਹੂੰ ਇੰਦਰ ਨੂੰ ਦਰੈਨਤ ਬਾਜੀ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਕਿ ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ ਨੇ ਉਹਦੇ ਨਾਲ ਧੱਕਾ ਕਰੇ ਜੇ ਜੇ ਥੋੜਾ ਤਾਂ ਨਹੀਂ ਵੀ ਸੀ ਫਿਰ ਇਹ ਥੋੜਾ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਨੂੰ ਪੈਸੇ ਨਾ ਦੋ ਬਾਈ ਜਿਹੜਾ ਐਜੂਕੇਸ਼ਨ ਦੀ ਬਜਾਏ ਮਤਲਬ ਸਿੱਖਿਆ ਦੀ ਬਜਾਏ ਸਕਿਉਰਿਟੀ ਤੇ ਬਸਟ ਵਧ ਰਿਹਾ ਸਮੇਂ ਦੀ ਜ਼ਰੂਰਤ ਵੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਤੁਸੀਂ ਵੇਖੋ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਨਸ਼ਰ ਹੋ ਗਿਆ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਆਏ ਨੇ ਮੋਦੀ ਸਾਹਿਬ ਕਹਿੰਦੇ ਉੱਥੇ ਖਾਲਿਸਤਾਨ ਦਾ ਰੌਲਾ ਵੱਧ ਰਿਹਾ Hindu ਮੰਦਰਾਂ ਤੇ ਅਟੈਕ ਹੋਇਆ ਪਟਿਆਲੇ ਤੋਂ ਹੀ ਇਹ ਸ਼ੁਰੂ ਹੋਇਆ ਸੀ ਸلسਲਾਮੰਦ ਭਾਗਾ ਕਾਲੇ ਦੌਰ ਦਾ ਮੰਦਰਾਂ ਦੇ ਵਿੱਚ ਪੂੰਛਾਂ ਸੁੱਟੀਆਂ ਗਈਆਂ ਸਨ ਗੁਰੂ ਘਰਾਂ 'ਚ ਤਬਾਕੂ ਸੁੱਟਿਆ ਗਿਆ ਸੀ ਹੁਣ Hindu ਮੰਦਰ ਟਾਰਗੇਟ ਕੀਤੇ ਜਾ ਰਹੇ ਨੇ ਖਾਲਸਾ ਪੰਥ ਦੇ ਨੁਮਾਇੰਦਾ ਪਤਵੰਤੇ ਜਥੇਦਾਰ ਜਾਂ ਹੋਰ ਲੋਕ ਵਿਰੋਧ ਨਹੀਂ ਕਰ ਰਹੇ ਇੱਕਾ ਰঞ্জੀਤ ਸਿੰਘ ਕੁੱਕੀ ਗਿਆ ਲੈ ਜਿਹੜੇ ਵਿਰੋਧ ਕਰ ਰਹੇ ਨੇ ਨਾ ਖਾਲਸਤਾਨੀ ਉਸ ਨੂੰ ਭੰਡਦੇ ਨੇ ਕਿ ਭਾਈ ਸਾਡਾ ਕੰਮ ਨਹੀਂ ਹੈ ਕਿਉਂਕਿ ਮਾੜੇ ਦੌਰ ਚ ਵੀ ਹਿੰਦੂ ਮੰਦਰਾਂ ਨੂੰ ਜਾਂ ਹਿੰਦੂ ਬੰਦਿਆਂ ਨੂੰ ਜਿਹੜੇ નિર્ਦੋਸ਼ ਸੀ ਕੋਈ ਟਾਰਗੇਟ ਨਹੀਂ ਕੀਤਾ ਗਿਆ ਸਿੱਖੀ ਦਾ ਤਾਂ ਇਹ ਫਲਸਫਾ ਹੀ ਨਹੀਂ ਹੈਗਾ ਇਹ ਤਾਂ ਜਦੋਂ ਸਾਕਾ ਸਰਹੰਦ ਵਾਪਰਿਆ ਉਦੋਂ ਨੇ ਕਿਸੇ ਮਾਸਕੂ ਮਸਜਿਦ ਮਕਬਰੇ ਨੂੰ ਠੇਸ ਪਹੁੰਚਾਈਗੀ ਨਾ ਕਿਸੇ નિર્ਦੋਸ਼ ਮੁਸਲਮਾਨ ਤੇ ਅਟੈਕ ਹੋਇਆ ਇਹ ਜਿਹੜਾ ਡਾਕਟਰ ਸਾਹਿਬ ਹੁਣ ਸੁਰੱਖਿਆ ਦਾ ਰੌਲਾ ਪਾਇਆ ਜਾ ਰਿਹਾ ਰੋਜ਼ ਇਸ ਤਰ੍ਹਾਂ ਦੇ ਬਿਆਨات ਖਾਲਸਤਾਨ ਫਲਾਹ ਜੀ ਹਿੰਦੁਸਤਾਨ ਫਲਾਹ ਜੀ ਮਤਲਬ ਹਿੰਦੂ ਰਾਸ਼ਟਰ ਬਣਾਉਣ ਦੀ ਕਵੈਦ ਨਹੀਂ ਹੈ ਖਾਲਸਾਤਾਨ ਦਾ ਰੋਲਾ ਜਾਂ ਸਕਿਉਰਿਟੀ ਦੇ ਮੱਦੇ ਨਜ਼ਰ ਜਿਹੜੀਆਂ ਸੈਂਟਰਲ ਫੋਰਸਸ ਪੈਰਾ ਮਿਲਟਰੀ ਫੋਰਸ ਪੰਜਾਬ ਆ ਰਹੀਆਂ ਨੇ 2000 ਜਿਹੜਾ ਸਕਿਉਰਿਟੀ ਪਰਸਨ ਆ ਪੰਜਾਬ ਲੈਂਡ ਕਰ ਚੁੱਕਾ ਹੈ ਜਿਹੜਾ ਪਹਿਲਾਂ ਆਇਆ ਉਹ ਨਹੀਂ ਵਾਪਸ ਗਿਆ ਇਸ ਹਿੰਦੁਸਤਾਨ ਨਾਮ ਖਾਲਸਾਤਾਨ ਦੇ ਸਿਲਸਿਲੇ ਤੇ ਪੰਜਾਬ ਦੇ ਵਿੱਚ ਪਾਰਲੀਮੈਂਟ ਚ ਮੇੜ ਮੇੜੀ ਹੋਏ ਨੇ ਕਿ ਆਤਵਾਦ ਦੇ ਦੌਰ ਦੇ ਦੌਰਾਨ ਤੁਸੀਂ ਪੁਲਿਸ ਬਗਾਈ ਪੰਜਾਬ ਤੇ ਕਰਜ਼ਾ ਚੜਾਇਆ ਉਹ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਪਰ ਹੁਣ ਜਿਹੜਾ ਹੋਰ ਇਹ ਕਰਜ਼ਾ ਸਿਹੜਿਆ ਜਾ ਰਿਹਾ ਖਾਸ ਕਰਕੇ ਖਾਲਸਤਾਨ ਹਿੰਦੁਸਤਾਨ ਜੋ ਕੁਝ ਹੋਣ ਲੱਗਾ ਉਹਦੇ ਚ ਪੰਜਾਬ ਦੀ ਸਥਿਤੀ ਕੀ ਵੇਖਦੇ ਹੋ ਜੀ ਡਾਕਟਰ ਸਾਹਿਬ ਦੇਖੋ ਜਿਹੜਾ ਜਿਹੜਾ ਸਕਿਉਰਿਟੀ ਦੇ ਉੱਤੇ 10000 ਤੋਂ 10000 ਕਰੋੜ ਤੋਂ ਉੱਤੇ ਦੀ ਅਲੋਕੇਸ਼ਨ ਕਰਤੀ 10535 ਕਰੋੜ 35 ਕਰੋੜ ਦੀ ਚਲੋ ਉਹ ਚ ਕਹਿ ਰਿਹਾ ਜੀ ਅਸੀਂ ਪੁਲਿਸ ਦੀ ਭਰਤੀ ਕਰਨੀ ਹੈ ਇੱਕ ਤਅ ਹੈ ਬਾਕੀ ਉਹ ਕਹਿੰਦੇ ਮੋਡਰਨਾਈਜੇਸ਼ਨ ਕਰਨੀ ਹੈ ਲੇਕਿਨ ਉਹਦੇ ਚ ਇਹ ਹੈ ਕਿ ਜਿਹੜੀ ਪੈਰਾ ਮਿਲਟਰੀ ਫੋਰਸ ਤੁਸੀਂ ਇੱਥੇ ਮੰਗਾਈ ਹੂੰ ਇਹ ਪਹਿਲਾ ਵੀ ਜਿਹੜੀ ਪੰਜਾਬ ਚ ਹਾਲਾਂਕਿ ਉਦੋਂ ਵੀ ਕਿਹਾ ਜਾਂਦਾ ਸੀਗਾ ਵੀ ਜਿਹੜਾ ਪੰਜਾਬ ਆ ਉਹ ਭਾਰਤ ਦੀ ਲੜਾਈ ਲੜ ਰਿਹਾ ਹੂੰ ਹੂੰ ਇਹ ਭਾਰਤ ਦੀ ਇੰਟੀਗ੍ਰਿਟੀ ਦਾ ਜਿਹੜਾ ਨਾ ਮਸਲਾ ਹੈ ਨਾ ਤੇ ਉਹ ਇਹ ਕੱਲਾ ਪੰਜਾਬ ਦਾ ਮਸਲਾ ਨਹੀਂ ਹੈ ਇਹ ਭਾਰਤ ਦਾ ਮਸਲਾ ਇਸ ਲਈ ਲੜ ਰਿਹਾ ਲੇਕਿਨ ਉਹਦੇ باوجود ਪੰਜਾਬ ਨੂੰ ਉਸ ਪੈਰਾ ਮਿਲਟਰੀ ਫੋਰਸ ਜਿਹੜੀ ਜਿਹੜੀ CRPF ਹੈ ਤੇ ਹੋਰ ਜਿਹੜੀਆਂ ਮੜਾ ਉਹਦਾ ਸਾਰੇ ਦਾ ਖਰਚਾ ਪਾਇਆ ਗਿਆ ਹੂੰ ਹੂੰ ਤੇ ਉਹਦਾ ਇੰਦਰ ਕੁਮਾਰ ਗਜਰਾਲ ਜਿਹੜੇ ਸੀ ਉਦੋਂ ਉਹਨਾਂ ਨੇ 9000 ਕਰੋੜ ਦੀ ਮਾਫੀ ਬੇਸ਼ਕ ਮਾਫ ਕੀਤੀ ਸੀਗੀ ਬਾਕੀ ਖੜਾ ਰਿਹਾ ਉਹਦੇ ਤੇ ਰੌਲਾ ਪੈਂਦਾ ਰਿਹਾ ਤੇ ਅੱਜ ਵੀ ਜਿੰਨੀ ਉਹ ਆਊਗੀ ਜੇ 2000 ਇਹ ਹੈ ਤੇ ਕਿਹਾਦਾ ਇਹ ਜਾ ਰਿਹਾ ਹੈ ਕਿ ਉਹਦੀਆਂ 40 ਸ਼ਾਇਦ ਬਟਾਲੀਅਨ ਮੰਗੀਆਂ ਗਈਆਂ ਨੇ ਤੇ 15 ਜਾਂ 25 ਪਹੁੰਚ ਗਈਆਂ ਨੇ ਬਾਕੀ ਪਤਾ ਨਹੀਂ ਪਹੁੰਚਣੀਆਂ 15 ਪਹੁੰਚ ਗਈਆਂ ਜਾਂ 25 ਪਹੁੰਚਣੀਆਂ ਇਸ ਤਰ੍ਹਾਂ ਦੀ ਗੱਲ ਹੈ ਕਿ ਪੂਰੀ ਇਨਫੋਰਮੇਸ਼ਨ ਨਹੀਂ ਹੈ ਹੂੰ ਇਹ ਉਹ ਜਿਹੜੇ ਜਿਹੜੇ ਹਜ਼ਾਰਾਂ ਦੀ ਗਿਣਤੀ ਚਾਉਣ ਨੇ ਆ ਜਿਹੜੀ ਉਹਦੀ ਨੌਕਰੀ ਹੈ ਜਿਹੜੀ ਉਹਦੀ ਤਨਖਾਹ ਸਾਰਾ ਖਰਚਾ ਉਹ ਤਾਂ ਪੰਜਾਬ ਸਰਕਾਰ ਨੇ ਦੇਣਾ ਹੈ ਜੀ ਉਹ ਪਤਾ ਨਹੀਂ ਹੁਣ ਇਸ ਬਜਟ ਦੇ ਅੰਦਰ ਉਹਦਾ ਖਰਚਾ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ ਕਿਉਂਕਿ ਇਹਦੀ ਫੇਲ ਨਹੀਂ ਹੈ ਇਹਨ ਡੀਟੇਲ ਜੇ ਤੁਸੀਂ ਹੁਣ ਇਹ ਹਾਇਰ ਐਜੂਕੇਸ਼ਨ ਯੂਨੀਵਰਸਿਟੀਆਂ ਤੋਂ 990 ਕਰੋੜ ਦੀ ਯੂਨੀਵਰਸਿਟੀਆਂ ਤੋਂ ਇੱਕ ਖਰਚਾ ਜ਼ਿਆਦਾ ਹੂੰ ਹੂੰ ਸੋ ਇੱਕ ਸਮਝ ਹੈ ਕਿ ਜਿੱਥੇ ਸਿੱਖਿਆ ਦਿੱਤੀ ਜਾ ਸਕਦੇ ਜਿੱਥੇ ਤੁਸੀਂ ਲੋਕਾਂ ਨੂੰ ਸਮਝਦਾਰ ਬਣਾਉਣਾ ਹੂੰ ਜਿੱਥੇ ਲੋਕ ਸੈਂਸਿਟਿਵ ਹੋਣ ਹੂੰ ਫਸਲੇ ਦੇ ਉੱਥੇ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਕਰ ਰਹੇ ਹੋ ਤਾਂ ਤੁਹਾਨੂੰ ਆਪਣੀ ਵੈਲਿਊਏਸ਼ਨ ਆਪ ਹੀ ਕਰਨੀ ਚਾਹੀਦੀ ਉਹਦੇ ਉਹਦੀ ਖਰਚੇ ਦੀ ਲੋੜ ਨਹੀਂ ਪੈਂਦੀ ਜੇ ਲੋਕ ਸਿਆਣੇ ਹੋਣ ਹਾਲਾਂਕਿ ਕਿਸਾਨ ਮੋਰਚੇ ਦੇ ਵਿੱਚ ਬਹੁਤ ਖੁਸ਼ ਹੋਇਆ ਬੜਾ ਉੱਥੇ ਉੱਥੇ ਕੋਈ ਹੁੱਲੜਬਾਜੀ ਨਹੀਂ ਹੋਈ ਇੱਕ ਸਾਲ ਚੱਲਿਆ ਲੱਖਾਂ ਲੋਕਾਂ ਨੇ ਪਾਰਟਿਸਪੇਟ ਕਰਿਆ ਸੈਂਸਿਬਲੀ ਚੱਲੇ ਆਮ ਲੋਕਾਂ ਤੋਂ ਕੁਝ ਨਹੀਂ ਕਰਿਆ ਉਹ ਕੋਈ ਸ਼ਰਾਰਤ ਹੋਈ ਉਹ ਵੇ ਬੱਕਰੀ ਗੱਲਾਂ ਲੇਕਿਨ ਨਹੀਂ ਪਰ ਹੁਣ ਜਿਹੜਾ ਜੋ ਕੁਝ ਹੋ ਰਿਹਾ ਤੇ ਉਹ ਇੱਕ ਪੋਲਰਾਈਜੇਸ਼ਨ ਦੀ ਪੋਲਿਟਿਕਸ ਹੋ ਰਹੀ ਹੈ ਹੂੰ 24 ਦੀ ਤਿਆਰੀ ਹੈ ਮਤਲਬ ਦੇਖੋ ਹਾਂ 24 ਦੀ ਤਿਆਰੀ ਹੈ ਹਾਂ 24 ਦੀ ਤਿਆਰੀ ਹੈ ਜੋ ਪਾਸਕੂ ਦੇ ਤੌਰ ਤੇ ਜੇ ਤੁਸੀਂ ਉਹਨੂੰ ਬੜੇ ਧਿਆਨ ਨਾਲ ਦੇਖੋ ਇੱਕ ਪਾਸਿਓਂ ਕਾਰਵਾਈ ਹੁੰਦੀ ਹੈ ਦੂਜੇ ਪਾਸਿਓਂ ਫਿਰ ਧੜਾ ਧੜ ਬਿਆਨ ਆਉਂਦੇ ਆ ਦੂਜੀ ਧਿਰ ਹੈਨਾ ਜੇ ਖਾਸਤਾਨ ਦੀ ਗੱਲ ਜਾਂ ਮਿਲਿਟੈਂਸੀ ਦੀ ਗੱਲ ਜਾਂ ਹੋਰ ਦੀ ਗੱਲ ਹੁੰਦੀ ਹੈ ਫਿਰ ਉਹਨੂੰ ਕਾਊਂਟਰ ਕਰਨ ਲਈ ਇਮੀਡੀਏਟਲੀ ਦੂਜੇ ਪਾਸਿਓਂ ਪੱਖ ਆਉਂਦਾ ਇੱਕ ਦੂਜੇ ਦੇ ਪੂਰਕ ਹੋ ਕੇ ਨਿਭੜਦੇ ਆ ਇਹਦਾ ਮਤਲਬ ਹੈ ਕਿ ਤੁਸੀਂ ਪੋਲਰਾਈਜੇਸ਼ਨ ਇਹ ਹੈ ਕਿ ਕੱਲਾ ਭਾਰਤ ਮਤਲਬ ਪੰਜਾਬ ਦਾ ਇਸ਼ੂ ਨਹੀਂ ਹੈ ਇਹ ਇਸ ਨੂੰ ਭਾਰਤ ਦੀ ਇਲੈਕਸ਼ਨਾਂ ਚ ਵੀ ਵਰਤਿਆ ਜਾਣਾ ਜੀ ਸਮਝੋ ਹੈਨਾ ਜਿਆਦਾ ਤਾਂ ਭਾਰਤਵਾਦ ਦੇ ਵਾਸਤੇ ਵਰ ਦੇਖੋ ਦੇਖੋ ਉੱਥੇ ਇੱਕ ਮੰਦਿਰ ਦੀ ਕੰਧ ਢਈ ਹੈ ਜਾਂ ਅੰਡਰ ਕੰਟਰੈਕਸ਼ਨ ਕੰਸਟਰਕਸ਼ਨ ਸੀਗੀ ਉਹ ਸਾਰੀ ਦੀ ਐਨਸੀ ਪਰ ਉਹ ਹੰਬਲਪੂਸਾ ਸਪਸ਼ਟੀ ਕਰਨੀ ਹੈ ਉਹ ਅਟੈਕ ਬਣਾ ਦਿੱਤਾ ਮੋਦੀ ਸਾਹਿਬ ਨੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਮੰਦਿਰ ਤੇ ਮੰਦਰਾਂ ਤੇ ਅਟੈਕ ਹੋ ਰਹੇ ਨੇ ਹੋ ਰਹੇ ਨਾਰੇ ਕਿਹਦੇ ਦੇ ਦੰਦੇ ਆ ਇਸ ਤਰ੍ਹਾਂ ਤੁਸੀਂ ਵੇਖੋ ਪੰਜਾਬ ਦੇ ਵਿੱਚ G20 ਹੋ ਰਿਹਾ ਤੇ ਥੋੜਾ ਜਿਹਾ ਆਪਾਂ ਇਸ ਤੇ ਵੀ ਆਵਾਂਗੇ ਕਿ G20 ਦਾ ਪੰਜਾਬ ਚ ਹੋਣਾ ਕਿ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਆਏਗੀ ਜਾਂ ਪੰਜਾਬ ਨੂੰ ਇਸ ਦਾ ਫਾਇਦਾ ਕੀ ਹੋਏਗਾ ਉਸ ਦੇ ਤੇ ਥੋੜੀ ਜੀ ਗੱਲ ਕਰਾਂਗੇ ਪਰ ਜਿਹੜੀ ਕਰਜ਼ੇ ਦੀ ਪੰਡਾ ਡਾਕਟਰ ਸਾਹਿਬ ਥੋੜਾ ਜਿਹਾ ਆਪਾਂ ਉਹ ਤੇ ਗੱਲ ਕਰ ਲਈ 37000 34784 ਕਰੋੜ ਰੁਪਇਆ ਨਵਾਂ ਕਰਜ਼ਾ ਚੁੱਕਣ ਦੀ ਤਜਵੀਜ਼ ਹੈ ਸਮਾਲੀ ਲਿਵਰੇਜ ਮਾਨ ਸਾਹਿਬ ਵੱਲੋਂ 34784 ਕਰੋੜ ਰੁਪਇਆ ਤੇ ਹਾਲਾਂਕਿ ਪਿਛਲੇ ਵਰੇ ਇਹਨਾਂ ਨੇ 30985 ਕਰੋੜ ਰੁਪਏ ਕਰਜ਼ਾ ਚੁੱਕਿਆ ਜਾਨੀ 2 ਸਾਲ ਦੇ ਪੂਰੇ ਹੋਣ ਤੇ 65770 ਕਰੋੜ ਰੁਪਏ ਕਰਜ਼ਾ ਪੰਜਾਬ ਸਰ ਇਹਨਾਂ ਨੇ ਨਵਾਂ ਚੁੱਕ ਲੈਣਾ ਛੜਾ ਦੇਣਾ ਹਾਲਾਂਕਿ ਇਹਨਾਂ ਨੇ ਦਾਵਾ ਕੀਤਾ ਕਿ 15000 ਕਰੋੜ ਰੁਪਏ ਸੀ ਮੂਲ ਧਨ ਜੋ ਮੋੜਿਆ ਤੇ 20000 ਕਰੋੜ ਰੁਪਏ ਸੀ ਕਰਜ਼ੇ ਦੀ ਕਿਸ਼ਤ ਮੋੜੀ ਹੈ 35000 ਕਰੋੜ ਰੁਪਏ ਸੀ ਮੋੜਿਆ 1 ਸਾਲ 'ਚ ਇਹਨਾਂ ਨੇ ਦਾਵਾ ਵੀ ਕੀਤਾ ਤੇ ਇਹ ਜਿਹੜੀ ਕਰਜ਼ੇ ਦੀ ਪੰਡ ਹੈ 224 ਆਉਂਦਿਆ ਜਦੋਂ ਮੋਦੀ ਸਾਹਿਬ ਨੇ ਦੁਬਾਰਾ ਚੁਣਿਆ ਜਾਣਾ ਸਪਸ਼ਟ ਹੀ ਹੈ ਪੰਜਾਬ ਦੇ ਸਿਰ 347542 ਕਰੋੜ ਰੁਪਏ ਕਰਜ਼ਾ ਹੋ ਜਾਣਾ ਇਹ ਭਾਰਤੀਆਂ ਦੇ ਸਰਵੀ ਕਰਜ਼ਾ ਵਧਿਆ ਤੇ ਪੰਜਾਬੀਆਂ ਸਰ ਵੀ ਵਧਿਆ ਦੇਖੋ ਕਿਦਾਂ ਵੇਖਦੇ ਹੋ ਡਾਕਟਰ ਸਾਹਿਬ ਦੇਖੋ ਇਹਦੇ ਚ ਜਿਹੜੇ ਫਿਗਰ ਦਿੱਤੀ ਗਈ ਉਹਨੂੰ ਥੋੜੀ ਸਮਝਣ ਦੀ ਲੋੜ ਹੈ ਜੀ ਇਹ ਅਸੀਂ ਮੂਲ ਤਨ ਜਿਹੜਾ ਵਾਪਸ ਕਰਿਆ ਹਾਂ ਪਿਛਲੇ ਸਾਲ 20000 ਕਰੋੜ ਕਹਿੰਦੇ ਵਾਪਸ ਕੀਤਾ ਨਹੀਂ ਨਹੀਂ 20 21000 100 ਕਰੋੜ ਤਾਂ ਵਿਆਜ ਦਿੱਤਾ ਅੱਛਾ ਮੂਲ ਤਨ ਵਾਪਸ ਕਰਿਆ 15000 15000 ਸੌਰੀ ਠੀਕ ਹੈ ਤੇ 15000 46 15946 ਕਰੋੜ ਚਲੋ 16000 ਕਰੋੜ ਲਾ ਲਓ ਨਾ ਇਹ ਜੇ ਤੁਸੀਂ 31000 ਕਰੋੜ ਦਾ ਕਰਜ਼ਾ ਲਿਆ ਹੂੰ ਫਿਰ ਮੂਲ ਤਨ ਤਾਂ 16000 ਕਰੋੜ ਹੀ ਵਾਪਸ ਕਰਿਆ ਨਾ 15000 ਕਰੋੜ ਤਾਂ ਨਵਾਂ ਚੜ ਗਿਆ ਉਹ ਵਿਆਜ ਨਹੀਂ ਨਾ ਹੈ ਵਿਆਜ ਉਧਰ ਕਰਜ਼ਾ ਲੈ ਲਿਆ ਉਧਰ ਕਹਿੰਦੇ ਸੀ ਮੂਲ ਵਾਪਸ ਕਰਦਾ 15000 ਕਰੋੜ ਇਹਦੇ ਵਿੱਚ ਵਿਆਜ ਥੋੜਾ ਲਿਆ ਨਾ ਇਹਦਾ ਪੂਰੇ ਦਾ ਪੂਰਾ ਪ੍ਰਿੰਸੀਪਲ ਆ ਮੂਲ ਤਾਂ ਨਹੀਂ ਹੈ ਨਾ ਮਤਲਬ ਟੋਟਲ ਮਿਲਾ ਕੇ 34000 ਕਰੋੜ ਕਰਜ਼ਾ ਲੈ ਲਿਆ ਮੋੜਿਆ ਤੁਸੀਂ 31 ਜੇ ਉਹ ਵੀ ਕਰ ਲਓ ਮੋੜਿਆ ਇਸ ਮੋੜਿਆ ਤਾਂ ਵੈਸੇ 15 ਹੀ ਆ ਹੈ ਨਾ ਦੂਸਰੇ ਪਾਸੇ ਜਿਹੜਾ ਜਿਹੜਾ 23 24 ਦੀ ਪ੍ਰੋਪੋਜ਼ਲ ਹੈ ਉਹਦੇ ਵਿੱਚ ਮੂਲ ਧਨ ਤਾਂ 16626 ਕਰੋੜ ਮੋੜ ਦਾ ਹਮ ਪਰ ਤੁਸੀਂ ਕਰਜ ਇਹਦੇ ਤੋਂ ਕਿਤੇ ਵੱਧ ਲੈਣਾ ਉਹ ਵੀ ਉਹ ਵੀ 30 32 33 34000 ਦੇ ਕਰੀਬ ਹੈ ਤੇ ਫਿਰ 15 16000 ਕਰੋੜ ਹੋਰ ਚੜਨਾ ਡਾਕਟਰ ਸਾਹਿਬ ਇਦਾਂ ਦਾ ਸਵਾਲ ਪ੍ਰੈਸ ਵਾਲੇ ਜਿਹੜੇ ਉੱਥੇ ਬੈਠੇ ਹੁੰਦੇ ਆ ਉਹ ਮੈਨੂੰ ਪੂਰੀ ਦੁਨੀਆ ਚ ਇੰਡੀਅਨ ਪ੍ਰੈਸ ਪੰਜਾਬੀ ਪ੍ਰੈਸ ਜਿਹੀ ਹੈ ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਹੈ ਨਾ ਨਾਲ ਦੀ ਨਾਲ ਬਰਫੀ ਗੁਲਾਬ ਜਾਮਨ ਕਾਜੂ ਪਿਸਤੇ ਪਤਾ ਨਹੀਂ ਕੀ ਕੀ ਆ ਜਾਂਦਾ ਜਿਹਨੂੰ ਕਹਿੰਦੇ ਆ ਮੂੰਹ ਚ ਮੁਰਕੀ ਪਾਉਣਾ ਉਧਰ ਸੀਐਮਪੀਐਮ बोल रहे ਹੁੰਦੇ ਆ ਤੇ ਇਧਰ ਪ੍ਰੈਸ ਵਾਲੇ ਖਾਣ ਤੇ ਲੱਗੇ ਹੁੰਦੇ ਆ ਉਹ ਯਾਰ ਪਿੱਛੋ ਖਵਾ ਦਿਓ ਜਦੋਂ ਉਧਰ ਦਾ ਮਤਲਬ ਜਦੇ ਟ੍ਰੀਆਂ ਆ ਜਾਂਦੀਆਂ ਨੇ ਉਹ ਫਿਰ ਉਹੀ ਪੁੱਛਣਾ ਸਵਾਲ ਨਹੀਂ ਕੋਈ ਪੁੱਛਣਾ ਚਾਹੀਦਾ ਜਾੜਾ ਫੜੀਆਂ ਜਾਣ ਉਹ ਉਹ ਜਿਹੜੇ ਜਰਨਲਿਸਟਾਂ ਦੇ ਇੱਕ ਇੱਕ ਉੱਪਰ ਲੱਗਣ ਵਾਲੇ ਰੌਲਾ ਹੈਗਾ ਲੱਗਣ ਵਾਲੇ ਵੀ ਬੈਠੇ ਨੇ ਹਾਂ ਲਿਓ ਜੀ ਲੱਗ ਜੰਨੇ ਹਾਂ ਹੈਨਾ ਉਹ ਉਹ ਰੌਲਾ ਕੱਲਾ ਲਾਉਣ ਵਾਲਿਆਂ ਦਾ ਨਹੀਂ ਉਹ ਜਿਹੜੇ ਲੱਗਦੇ ਆ ਉਹਨਾਂ ਦਾ ਵੀ ਰੌਲਾ ਨਾ ਹੂੰ ਸੋ ਇਸ ਲਈ ਜੇ ਮਤਲਬ 3 ਲੱਖ 47000 ਕਰੋੜ ਦਾ ਕਰਜ਼ਾ ਹੋ ਜਾਂਦਾ ਹੂੰ 2024 ਦੇ ਵਿੱਚ ਹੂੰ ਤੇ ਇਹ ਹਰੇਕ ਪੰਜਾਬੀ ਦੇ ਸਿਰ 1 ਲੱਖ ਤੋਂ ਉੱਤੇ ਦਾ ਕਰਜ਼ਾ ਹੋਗਾ 3 ਕਰੋੜ ਦੀ ਵੱਧਦੀ ਹੈ ਬਿਲਕੁਲ ਬਿਲਕੁਲ ਹਾਂਜੀ ਤੇ ਦੂਜੀ ਗੱਲ ਇਹ ਹੈ ਕਿ 3 ਲੱਖ 47000 ਕਰੋੜ ਸਾਡੀ ਕੁੱਲ ਪੈਦਾਵਾਰ ਜਿਹੜੀ ਹੈ ਉਹ ਇਸ ਵਾਰ ਦੀ 6 ਲੱਖ 28000 ਕਰੋੜ ਹੈ ਤੇ ਉਹਦੇ 50% ਤੋਂ ਉੱਤੇ ਲੰਘ ਗਿਆ ਇਹ ਹੂੰ ਤੇ ਜਿੰਨੇ ਵਾਦੇ ਐ ਹਲੇ ਹਲੇ ਦੇਖੋ ਉਹਦੇ ਚ ਵਾਦੇ ਪਏ ਐ ਗਰੰਟੀਆਂ ਬਈਆਂ ਉਹ 2024 ਦੇ ਸੰਦਰਭ ਚ ਮਤਲਬ ਸਮੱਸਿਆ ਬਾਣੀਓ ਜੋ ਕੁਝ ਕਰਨਾ ਵੀ ਐ ਹੂੰ ਪਤਨ 1000 ਰੁਪਇਆ ਦੇਣ ਵਾਲੀ ਗੱਲ ਐ ਹੂੰ ਉਹ 2024 ਦੇ ਇਲੈਕਸ਼ਨਾਂ ਤੋਂ ਪਹਿਲਾਂ ਹੋਣਾ ਹੀ ਹੋਣਾ ਨਹੀਂ ਉਹ ਮੁੱਦਾ ਬਣੂਗਾ ਇਸ ਲਈ ਵੋਟਾਂ ਪੈਣੀਆਂ ਜੀ ਓਲਡਜ ਜਿਹੜੀ ਪੈਨਸ਼ਨ ਐ ਉਹ 15 ਤੋਂ 2500 ਵੀ ਹੋਣੀ ਐ ਹਾਂ ਹੈ ਜੀ ਓਲਡ ਪੈਨਸ਼ਨ ਸਕੀਮ ਵੀ ਲਾਗੂ ਕਰਨੀ ਐ ਲਗੂ ਕਰਨੀ ਹੈ ਨਾ ਉਹ ਜਿਹੜੇ ਪਏ ਆ ਸਾਰਾ ਕੁਝ ਉਹ ਜੇ ਤੁਸੀਂ ਪਾ ਲੋਗੇ ਤਾਂ ਕਰਜ਼ਾ ਤਾਂ ਹੋਰ ਵੀ ਚੜੂਗਾ ਜੀ ਕਰਜ਼ੇ ਦੀ ਗੱਲ ਇਹ ਹੈ ਕਿ ਸਾਡੇ ਕੋਲ ਜਿਹੜੇ ਇਨਕਮ ਦੇ ਅੰਕੜੇ ਆ ਨਾ ਉਹ ਹੈਗਾ ਕਿ 98000 852 ਕਰੋੜ ਦੀ ਸਾਡੀ ਰੈਵਨਿਊ ਰਸੀਡਸ ਨੇ ਹਮ ਜਿਹੜੇ ਇਸ ਬਜਟ ਚ ਪੇਸ਼ ਕੀਤੇ ਗਏ ਤੇ ਸਾਡਾ ਜਿਹੜਾ ਰੈਵਨਿਊ ਐਕਸਪੈਂਡੀਚਰ ਹੈ ਹਮ ਨਾਂ ਨਿਊਨ ਅਸੀਂ ਕਹਿੰਨੇ ਆ ਉਹ ਹੈਗਾ 123441 ਦਾ ਹੂੰ ਤੇ ਜਿਹੜਾ ਇਹਦੇ ਚ ਗੈਪ ਆ ਹਾ ਇੰਨਾ 25000 ਕਰੋੜ ਦਾ ਉਹ ਤਾਂ ਸਿੱਧਾ ਹੀ ਕਰ ਜਾ ਹੂੰ ਉਹਦੇ ਇੱਕ ਕਮਿਟਿਡ ਐਕਸਪੈਂਡੀਚਰ ਵੀ ਹੈ 74000 ਕਰੋੜ ਦਾ ਜੀ ਤੇ ਬਜਟ ਸਾਡਾ 196462 ਕਰੋੜ ਦਾ ਹੂੰ ਤੇ ਸਾਡਾ ਮਾਲੀਆ ਦਾ ਅਗਰਾਹਾ ਜਾ ਰਿਹਾ 98852 ਕਰੋੜ ਦੇਉਜਨ ਸਿੱਧਾ ਮਿੱਧਾ ਆ ਕੇ ਕਰਜ਼ੇ ਤੋਂ ਬਿਨਾ ਚੱਲਣਾ ਨਹੀਂ ਕੰਮ ਅੰਕੜਿਆਂ ਦੀ ਖੇਡ ਤਕਸੀਮਾ ਜ਼ਰਬਾਂ ਦੀ ਕਮਾਲ ਹੀ ਹੈ ਹੌਲੀ ਹੌਲੀ ਹੋ ਗਈ ਹੈ ਜ਼ਮੀਨ ਫੱਕਵੇ ਕਿੱਲਿਆਂ ਤੋਂ ਆ ਗਈ ਹੈ ਕਨਾਲਾਂ ਤੱਕ ਵੇ ਜਿਸ ਤਰ੍ਹਾਂ ਦੀ ਸਥਿਤੀ ਪੰਜਾਬ ਦੀ ਬਣਦੀ ਹੈ ਬਿਲਕੁਲ ਸਪਸ਼ਟ ਹੈ ਜਿਵੇਂ ਤੁਸੀਂ ਦੱਸਿਆ ਵੱਡੇ ਕਿਸਾਨ ਵੱਧ ਰਹੇ ਨੇ ਤੇ ਛੋਟੇ ਖਤਮ ਹੋ ਰਹੇ ਨੇ ਇਹੀ ਹਾਲ ਪੰਜਾਬ ਦਾ ਸੂਬਿਆਂ ਦਾ ਛੋਟੇ ਬੁਰਕਾਂ ਦਾ ਹੋਣਾ ਬੱਲ ਗੇਟਸ ਹੋਣੀ ਬਿੱਲੂ ਹੋਣੀ ਕਿਸਾਨ ਬਣ ਗਏ ਨੇ ਇਦਰੋਂ ਹੰਡਾ ਨਹੀਂ ਹੋਣੀ ਕਿਸਾਨ ਬਣ ਗਏ ਨੇ ਗਦਾਵਰ ਰੂਟ ਬਣ ਰਿਹਾ ਬੜਾ ਕੁਝ ਹੋਣਾ ਗਦਰ ਮਚਣਾ ਪੰਜਾਬ ਦੇ ਵਿੱਚ ਅੰਦੋਲਨ ਮੁੜ ਕੇ ਨਹੀਂ ਉੱਠਣ ਦੇਣਾ ਕਾਰਪੋਰੇਟ ਦਾ ਇਹਦ ਹੈ ਇਸ ਕਰਕੇ ਇਹ ਛਤਰੀ ਦਾਲ ਵੰਡਾ ਰਹੇ ਨੇ ਇਸ ਤਰ੍ਹਾਂ ਸਾਨੂੰ ਸਪੋਰਟ ਕੀਤਾ ਧੰਨਵਾਦ ਸਾਡੇ ਸਪਾਂਸਰ ਸਾਹਿਬ ਦੇ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਆਪਾਂ ਟਿਵਾਨਾ ਰੇਡੀਓ ਵੈਬਸਾਈਟ ਤੇ ਲਾਈਵ ਹੁੰਨੇ ਆ ਲਾਈਵ ਪ੍ਰੋਗਰਾਮ ਹੁੰਦੇ ਨੇ ਤੇ ਜਿਸ ਤਰ੍ਹਾਂ ਵਕ ਵਕ ਮਸਾਇਲ ਤੇ ਗੱਲਬਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਆਪਣੀ ਵੈਬਸਾਈਟ twana radio.com ਤੇ ਸੁਣ ਸਕਦੇ ਹੋ ਆਪਣੀ ਵੈਬਸਾਈਟ ਤੇ ਪੰਜਾਬੀ ਚ ਖਬਰਾਂ ਪੜ੍ਹ ਸਕਦੇ ਹੋ ਉੱਥੇ ਆਈਫੋਨ ਤੇ ਐਂਡਰੌਇਡ ਐਪਸ ਤੁਹਾਨੂੰ ਮਿਲਣਗੀਆਂ twana radio ਦਾ ਫੇਸਬੁੱਕ ਤੇ YouTube ਪੇਜ ਤੇ ਆਪਾਂ ਲਾਈਵ ਹੁੰਨੇ ਆ ਉਸ ਲਾਈਵ ਦਾ ਲਿੰਕ ਦੋਨਾਂ ਦਾ ਫੇਸਬੁੱਕ YouTube ਦਾ ਆਪਣੇ WhatsApp ਨੰਬਰ ਤੇ ਮਗਵਾਉਣਾ ਤਾਂ ਮੇਰਾ ਸੰਪਰਕ ਨੰਬਰ ਤੇ ਆਪਣਾ WhatsApp ਗਰੁੱਪ ਨੰਬਰ ਹੈ 98763096559876309655 ਤੇ ਟੂ ਵਨ ਆ ਰਿਹਾ ਦੀ ਫੇਸਬੁੱਕ ਪੇਜ ਖਾਸ ਕਰਕੇ ਫਾਲੋ ਤੇ ਲਾਈਕ ਬਟਨ ਦਵਾ ਦਿਓ ਤੇ YouTube ਦਾ ਬੈਲ ਆਈਕਨ ਤੇ ਲਾਈਕ ਦਾ ਬਟਨ ਦਵਾ ਦਿਓ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਪੁੱਜਦੀ ਰਹੇ ਦੋ ਮਸਲੇ ਡਾਕਟਰ ਸਾਹਿਬ ਜਾਂਦੇ ਜਾਂਦੇ ਲਵਾਂਗੇ ਇੱਕ ਤੇ ਵਿਧਾਨ ਸਭਾ ਚ ਜਿਹੜੀ ਤੂ ਤੋ ਮੈਮਾ ਹੋ ਰਹੀ ਆ ਉਹਨੂੰ ਤੁਸੀਂ ਕਿੱਦਾਂ ਵੇਖਦੇ ਹੋ ਇਸ ਵਿੱਚ ਸਾਡਾ ਬੌਧਿਕ ਮਿਆਰ ਸਾਡਾ ਬੋਲਬਾਣੀ ਦਾ ਮਿਆਰ ਉਹ ਖਤਮ ਹੋ ਰਿਹਾ ਜਿਹੜਾ ਇਸ ਬਜਟ ਸੈਸ਼ਨ ਦੇ ਦੌਰਾਨ ਤਕਰਾਰ ਵੇਖਿਆ ਗਿਆ ਵਿਰੋਧੀਆਂ ਦੇ ਵਿੱਚ ਤੇ ਸੱਤਾਧਾਰੀਆਂ ਚ ਉਹਨੂੰ ਕਿੱਦਾਂ ਵੇਖਦੇ ਹੋ ਤੇ ਆਖਰੀ ਮਿਸਾਲ ਜਿਹਦੇ ਆਪਾਂ ਗੱਲ ਕਰਨੀ ਹੈ ਕਿ ਜਿਹੜਾ G20 ਸਮਾਗਮ ਹੋ ਰਿਹਾ ਉਹਨੂੰ ਇੱਕ ਅਰਥਸ਼ਾਸਤਰੀ ਡਾਕਟਰ ਬਲਵਿੰਦਰ ਸਿੰਘ ਕਿੱਦਾਂ ਸੋਚਦੇ ਨੇ ਕਿ ਇਹਦਾ ਪੰਜਾਬ ਨੂੰ ਭਾਰਤ ਨੂੰ ਕੀ ਫਾਇਦਾ ਹੋਏਗਾ ਇਹਨਾਂ ਕਾਰਪੋਰੇਟ ਲੋਕਾਂ ਦੇ ਇੱਥੇ ਆਉਣ ਦੇ ਨਾਲ ਇਸ G20 ਦਾ ਕੀ ਅਸਰ-ਅਸਾਰ ਵੇਖਦੇ ਹੋ ਦੋਨੇ ਮਿਸਾਲ ਆਪਾਂ ਲੈਣੇ 10 ਮਿੰਟ ਲਾਵਾਂਗੇ ਕੰਪਲੀਟ ਕਰਦੇ ਹੋ ਮੈਂ ਸਵਾਲ ਲਿਖਾਂਗਾ ਔਰ ਜੀ ਡਾਕਟਰ ਸਾਹਿਬ ਅਹ ਦੇਖੋ ਜਿੱਥੇ ਤੱਕ ਪਹਿਲੀ ਗੱਲ ਆ ਕਿ ਜਿਹੜਾ ਅਸੈਂਬਲੀ ਦੇ ਵਿੱਚ ਵਿਚਾਰ ਵਿਵਾਰਸ਼ ਜਾਂ ਉਹਨਾਂ ਦੀ ਗੱਲ ਹੈ ਤੁਸੀਂ ਦੇਖਿਆ ਹੋਊਗਾ ਉੱਥੇ ਕਿਸੇ ਨੀਤੀ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ ਨਾ ਨੀਤੀ ਪੇਸ਼ ਹੋ ਰਹੀ ਹੈ ਹਮ ਸਵਾਲ ਹੋ ਰਿਹਾ ਉਹਦੀ ਤਲਖ ਕਲਾਮੀ ਹੋ ਰਹੀ ਹੈ ਉਹਦਾ ਲਹਿਜਾ ਸਲੀਕਾ ਤੇ ਇਹ ਉਦੋਂ ਹੀ ਹੁੰਦਾ ਜਦੋਂ ਸਾਡੀ ਸਮਝ ਜਿਹੜੀ ਹੈ ਕਿਸੇ ਮਸਲੇ ਬਾਰੇ ਤੇ ਸਾਡੀ ਸਹਿਜਤਾ ਉਹਨੂੰ ਸਹਿਣਸ਼ੀਲਤਾ ਜਿਹੜੀ ਹੈ ਨਾ ਉਹ ਨਾ ਹੋਵੇ ਹਮ ਉਹ ਉਹ ਜੇ ਤੁਸੀਂ 60 70 80s ਦੀ ਦੇਖੋਗੇ ਜਿਹੜੇ ਸਾਡੇ ਲੀਡਰ ਫਰੀडम ਸਟ੍ਰਾਈਗਲ ਚੋਂ ਲੜ ਕੇ ਆਏ ਸੀ ਉਹ ਮਿਹਨੂ ਮਿਹਨੀ ਬਥੇਰੇ ਹੋ ਲੰਦੇ ਸੀ ਪਰ ਉਹਨਾਂ ਦਾ ਸਲੀਕਾ ਬਹੁਤ ਕਮਾਲ ਦਾ ਸੀ ਬੜੇ ਤਰ੍ਹਾਂ ਮਿਹਰੇ ਸੀ ਹੈਨਾ ਜੀ ਤੇ ਇਹ ਆਪਣੀ ਥਾਂ ਤੇ ਹੈ ਲੇਕਿਨ ਜਿੱਡੇ بڑے ਮਸਲੇ ਪੰਜਾਬ ਦੇ ਹੈ ਉਸ ਲੈਵਲ ਦਾ ਪੜਨਾ ਪੜਾਉਣਾ ਉਹਦੀ ਅੰਡਰਸਟੈਂਡਿੰਗ ਰੱਖਣੀ ਹੂੰ ਤੇ ਫਿਰ ਉਹਨੂੰ ਕਰਨਾ ਇਹ ਤਾਂ ਹੈ ਨਾ ਕਿ ਰੌਲਾ ਪਵਾ ਲਿਓ ਰੌਲਾ ਪਵਾ ਕੇ ਫਿਰ ਮਸਲੇ ਹੀ ਪਰੇ ਚਲੇ ਜਾਣ ਹੂੰ ਹੂੰ ਜਿਹੜੇ ਮਸਲੇ ਹੋਣ ਉਹ ਮਸਲੇ ਕੇਂਦਰਤ ਨਾ ਹੋਣ ਹੂੰ ਇਹ ਵੀ ਬੜੀ ਕਮਾਲ ਦੀ ਗੱਲ ਆ ਕਿ ਜਿਹੜੀ ਕੱਲ ਪੇਸ਼ ਕੀਤੀ ਗਈ ਕਿ ਬਜਟ ਦੇ ਦੌਰਾਨ ਐਮਐਲਏ 48 ਸੀਗੇ ਹੂੰ ਹੂੰ ਹੈ ਨਾ ਇਹਦਾ ਮਤਲਬ ਹੈ ਕਿ ਐਮਐਲਏ ਆਪਣੀ ਜ਼ਿੰਮੇਵਾਰੀ ਕੀ ਸਮਝਦੇ ਆ ਜੀ ਉਹ ਜਦੋਂ ਬਜਟ ਪੇਸ਼ ਹੋ ਰਿਹਾ ਤੇ ਤੁਸੀਂ ਬਜਟ ਦੇ ਉੱਤੇ ਹੀ ਹੂੰ ਨਾ ਅੱਜ ਦੇ ਮਤਲਬ ਬਜਟ ਅੱਜ ਪਾਸ ਹੋਇਆ ਹੂੰ ਐਡ ਪ੍ਰੋਪੋਜ਼ਲਾਂ ਤੇ ਆ ਗਈ ਅੱਜ ਹੂੰ ਐਡਵਰਟਾਈਜ਼ਮੈਂਟ ਦਾ ਛਪ ਗਿਆ ਅੱਜ ਅਖਬਾਰਾਂ ਚ ਮੇਰਾ ਖਿਆਲ ਅੱਜ ਦੇਖ ਲਓ ਕੱਲ ਬਜਟ ਪਾਸ ਹੋਇਆ ਅੱਜ ਸਾਰੇ ਅਖਬਾਰਾਂ ਦੇ ਫਰੰਟ ਪੇਜ ਲੱਖਾਂ ਰੁਪਏ ਸਵਾਹ ਕਰ ਦਿੱਤੇ ਸਾਰੇ ਕਿਤੇ ਦਾ ਖਰਚਾ ਲਾਉ ਮੈਨੂੰ ਨਹੀਂ ਪਤਾ ਲੇਕਿਨ ਲੱਖਾਂ ਜੀ ਹੈ 35-40 ਲੱਖ ਦਾ ਹੋਣਾ ਇਹ ਇਹ ਤੋਂ ਜ਼ਿਆਦਾ ਹੋਏਗਾ ਸਰ ਉਹ ਸਦਾ ਕਰੋੜਾਂ ਜੀ ਹੋਊਗਾ ਹੂੰ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਦਿੱਤੀ ਗਈ ਲੇਕਿਨ ਪ੍ਰੋਪੋਜ਼ਲ ਤੇ ਹਲੇ ਅਸੈਂਬਲੀ ਚ ਬਜਟ ਪ੍ਰੋਪੋਜ਼ ਹੋਇਆ ਤੇ ਉਹਦੀ ਐਡ ਅੱਜ ਆ ਗਈ ਅੱਜ ਪਾਸ ਹੋਇਆ ਉਹ ਹਮ ਹੈਨਾ ਇਹਦਾ ਜੇ ਪਾਸ ਹੋ ਗਿਆ ਤਾਂ ਵੀ ਕੱਲ ਕੱਲ ਕਹਿਣਾ ਮੰਨਦਾ ਸੀ ਉਹ ਜੇ ਉੱਥੇ ਕੋਈ ਗੱਲ ਹੋ ਜੇ ਉਹ ਨਾ ਪਾਸ ਹੋ ਸਕੇ ਜਾਂ ਉਹਦੇ ਚ ਸੋਧ ਹੋ ਜੇ ਫੇਰ ਕੀ ਹੋਵੇ ਜੀ ਟੈਕਨੀਕਲੀ ਸੋ ਉੱਥੇ 48 ਐਮਐਲਏ ਬੈਠੇ ਆ ਫਿਰ ਸੋਧ ਦੀ ਐਡ ਆ ਜੇਗੀ ਡਾਕਟਰ ਸਾਹਿਬ ਤੇ ਤੇ ਫਿਰ 48 ਐਮਐਲਏ ਮਤਲਬ ਤੁਹਾਡੇ 92 ਚੋਂ ਜੇ 48 ਐਮਐਲਏ ਆਏ ਤਾਂ ਉਹ ਕਿੰਨੇ ਕੁ ਸੀਰੀਅਸ ਹਨ ਜੀ ਹੂੰ ਇਹ ਸਮਝਦੇ ਥੋੜਾ ਬਜਟ ਹੈ ਇਹ ਤੇ ਭਵੇਖ ਤੁਸੀਂ ਇੱਕ ਸਾਲ ਦਾ ਉੱਥੇ ਨਸ਼ਰ ਕਰ ਰਹੇ ਹੋ ਵੀ ਅਸੀਂ ਆ ਕਰਾਂਗੇ ਤੇ ਉਹਦੀ ਲੋੜ ਹੈ ਤੇ ਮਨਿਸਟਰ ਕਹਿੰਦੇ 6-7 ਮਨਿਸਟਰ ਹੈ ਨਹੀਂ ਸੀਗੇ ਹੂੰ ਤੇ ਇਹ ਇਹ ਸਾਡੀ ਜਿਹੜੀ ਸਮਝ ਹੈ ਤੇ ਸਹਿਰਦਤਾ ਪੜਨ ਪਾਉਣ ਦੀ ਅੰਡਰਸਟੈਂਡਿੰਗ ਦੀ ਤੇ ਜੇ ਡਿਬੇਟ ਦੀ ਗੱਲ ਕਰੀਏ ਤੇ ਸਾਨੂੰ ਇਹੀ ਸੋਚ ਲੈਣਾ ਚਾਹੀਦਾ ਵੀ ਕਿਵੇਂ ਦਾ ਨਾ ਇੱਕ ਗੱਲ ਚੰਗੀ ਕਰਤੀ ਲਾਈਵ ਕਰਤਾ ਪਤਾ ਲੱਗ ਜਾਂਦਾ ਕਰਤੂਤਾਂ ਤੇ ਅਮਲਾਂ ਦਾ ਕਿ ਕਿਹੜਾ ਕੀ ਕਰ ਰਿਹਾ ਹਾਂ ਉਹ ਉਹ ਠੀਕ ਹੈ ਮਤਲਬ ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ ਅਸੈਂਬਲੀ ਵਿੱਚ ਕੀ ਹੋ ਰਿਹਾ ਪਾਰਲੀਮੈਂਟ ਵਿੱਚ ਹੁਣ ਪਤਾ ਲੱਗਣ ਲੱਗ ਗਿਆ ਹਾਂ ਜੀ ਤੇ ਉਹਦਾ ਮੈਸੇਜ ਲਾਈਵ ਨਾ ਡਾਕਟਰ ਸਾਹਿਬ ਬਾਹਰ ਵੀ ਕਰਨਾ ਚਾਹੀਦਾ ਜਿੱਥੇ ਮੁਰਗੇ ਦੀਆਂ ਲੱਤਾਂ ਖਾਂਦੇ ਹੁੰਦੇ ਆ ਨਾ ਵੀ ਇਹ ਖਾਂਦੇ ਕੀ ਕੀ ਹੈ ਕੰਟੇਨਰ ਵੀ ਲਾਈਵ ਹੋਣੀ ਚਾਹੀਦੀ ਹੈ ਇਹ 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 ਤਾਂ ਚੰਗਾ ਮਤਲਬ ਠੀਕ ਹੈ ਤੇ ਲੇਕਿਨ ਤਨ ਉਹਦੇ ਚ ਆਪਣੇ ਆਪ ਨੂੰ ਸੁਧਾਰ ਜਾਂ ਟ੍ਰੇਨਿੰਗ ਦਿਓ ਉਹਨਾਂ ਨੂੰ ਜਾਂ ਉਹਨਾਂ ਨੂੰ ਸਮਝਾਓ ਜਾਂ ਉਹਨਾਂ ਦਾ ਫੀਡਬੈਕ ਜਿਹੜੀ ਪਿਛਲੀ ਦਿੱਤੀ ਜਾਵੇ ਤੇ ਗੱਲ ਸੁਣੋ ਤੇ ਫਿਰ ਉਹ ਤਹਮਮਲ ਨਾਲ ਸਟੇਟਸਮੈਨਸ਼ਿਪ ਜੀ ਨੂੰ ਕਹਿੰਦੇ ਆ ਨਾ ਇੱਕ ਮੈਂ ਥੋੜਾ ਜਿਹਾ ਇੱਥੇ ਮੈਂਸ਼ਨ ਕਰ ਦਿਆਂਗਾ ਦੇਖੋ ਜਿਵੇਂ ਬਸ ਸੈਸ਼ਨ ਅਸੀਂ ਆਪਣੇ ਵੀ ਚੈਨਲ ਤੋਂ ਟਿਵਾਨਾ ਰੀਡਿੰਗ ਤੋਂ ਵੀ ਆਪ ਪਾਉਨੇ ਆ ਉਹ ਪਿਆ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਫੀਡਬੈਕ ਦੇਣ ਇਹਨਾਂ ਨੂੰ ਉੱਥੇ ਹੀ 네ਗੇਟਿਵ ਪੋਜ਼ਿਟਿਵ ਕਮੈਂਟ ਦੇਣ ਕਿਉਂਕਿ ਉੱਥੇ ਆਈਟੀ ਸੈਲ ਭਾਰੂ ਪੈ ਜਾਂਦਾ ਤੇ ਆਮ ਲੋਕ ਕਮੈਂਟ ਨਹੀਂ ਕਰਦੇ ਤੁਹਾਡੀ ਚੁੱਪ ਤੁਹਾਡੀ ਅਧੀ ਹਾਂ ਆ ਉਹਨਾਂ ਦੇ ਨਾਲ ਉਹ ਗੱਲ ਠੀਕ ਆ ਹਾਂ ਉੱਥੇ ਫੀਡਬੈਕ ਲਿਖ ਕੇ ਕਮੈਂਟ ਦੇਣਾ ਚਾਹੀਦਾ ਪਰ ਅਸੀਂ ਪੰਜਾਬੀ ਲਿਖਦੇ ਨਹੀਂ ਤੇ ਅਸੀਂ ਤਾਂ ਅਰਜੀ ਨਵੀਸ ਤੇ ਮਨਸਰ ਕਰਦੇ ਆ ਤੇ ਸਾਡੇ ਤੇ ਨਸੀਬਾਂ ਚ ਹੀ ਅਰਜੀ ਨਵੀਸ ਹੈ ਨਸੀਬ ਹੈ ਅਰਜੀ ਨਵੀਸ ਹੀ ਕਹਿੰਦੇ ਆ ਨਾ ਉਹਨੂੰ ਨਸੀਬ ਨੂੰ ਨਵੀਸੀ ਨਸੀਬ ਹੀ ਕਹਿੰਦੇ ਆ ਅਰਜੀ ਨਵੀਸ ਹੈ ਨਾ ਅਰਜੀ ਨਸੀਬ ਤੇ ਹੀ ਕਵਰ ਡਿਪੈਂਡ ਕਰਦੇ ਆ ਸੀ ਸੋ ਉੱਥੇ ਖੁਦ ਲਿਖਣਾ ਚਾਹੀਦਾ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿਉਂਕਿ ਐਡ ਵਾਲੇ ਖ਼ਬਰ ਤਾਂ ਨਹੀਂ ਬੋਲਣਗੇ ਕਿਹੜਾ ਕਮੈਂਟ ਹੈ ਇਸ ਦਾ ਲੋਕ ਬੋਲਣ ਕਿ ਆ ਗਲਤ ਆ ਤੁਹਾਡਾ ਸਹੀ ਹੈ ਪਰ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹਦੀ ਸੁਧਾਰ ਦੀ ਲੋੜ ਹੈਗੀ ਹੈ। ਜੀ। ਉਹਦੇ ਵਿੱਚ ਵੀ ਸੁਧਾਰ ਦੀ ਜ਼ਰੂਰਤ ਆ ਆਪਣਾ ਕੰਡਕਟ ਜਿਹੜਾ ਅਸੈਂਬਲੀ ਦੇ ਵਿੱਚ ਤੇ ਅਸੈਂਬਲੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਪਾਲਿਸੀਜ਼ ਨੇ ਜਿਹੜੀਆਂ ਲੋਕਾਂ ਦੇ ਵਿੱਚੋਂ ਲੋਕਾਂ ਚ ਡਿਬੇਟ ਹੋਏ ਪਾਲਿਸੀਜ਼ ਤੁਸੀਂ ਉੱਥੇ ਕਰੋ ਜਾਂ ਕਾਊਂਟਰ ਉੱਥੇ ਆਪਣਾ ਪ੍ਰਾਈਵੇਟ ਬਿੱਲ ਲਿਓ ਜਾਂ ਕੁਝ ਹੋਰ ਕਰੋ ਉਹ ਜਿਹੜਾ ਸਾਰਾ ਕੁਝ ਮਿਸ ਹੈ ਨਾ ਉਹ ਇੱਕ ਹੋਰ ਤਰ੍ਹਾਂ ਦੀ ਪੱਧਰ ਬਣ ਗਿਆ ਜੀ ਡਾਕਟਰ ਸਾਹਿਬ ਜੀ 20 ਤੇ ਕੀ ਵੇਖਦੇ ਹੋ ਤੇ ਆਪਾਂ ਐਕਸਟਰਾ ਪ੍ਰੋਬਲਮ ਵੀ ਕਰ ਲਾਂਗੇ ਇਹਦੇ ਨਿਬਟਣ ਤੋਂ ਬਾਅਦ ਇਹਦੇ ਤੇ ਕੀ ਅਸਰ ਹਸਾਰ ਵੇਖਦੇ ਹੋ ਜੀ 20 ਤੇ ਦੇਖੋ ਜੀ 20 ਦੀ ਜਿਹੜੀ ਭਾਰਤ ਨੂੰ ਉਹਦੀ ਪ੍ਰਧਾਨਗੀ ਕਰਨ ਦਾ ਇੱਕ ਮੌਕਾ ਮਿਲਿਆ ਠੀਕ ਹੈ ਜੀ ਉਹਦੇ ਕਰਕੇ ਜੀ 20 ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਭਾਰਤ ਦੇ ਵਿੱਚ ਹੋ ਰਹੀਆਂ ਤੇ ਉਹਦਾ ਇੱਕ ਕੜੀ ਆ ਕਿਉਂ ਪੰਜਾਬ 'ਚ ਰੱਖੀ ਗਈ ਉਹਦਾ ਕੋਈ ਖਾਸ ਏਮੇ ਨਹੀਂ ਕਿ ਵੀ ਹਾਂ ਜੀ ਪੰਜਾਬ ਸਰਕਾਰ ਦੇ ਕਹਿਣ ਤੇ ਰੱਖੀ ਗਈ ਜਾਂ ਕੀ ਆ ਉਹ ਕੇਂਦਰ ਨੇ ਆਪਣੀ ਫਿਕਸ ਕੀਤੀ ਕਿ ਠੀਕ ਹੈ ਜੀ ਇਹਨੂੰ ਉੱਥੇ ਰੱਖਿਆ ਜਾਵੇ ਉਹਦੇ 'ਚ ਇਨਵੈਸਟਰ ਲੋਜੀ ਆਏ ਨੇ ਵੀ ਉਸੇ ਕਰਕੇ ਆਏ ਨੇ ਮਤਲਬ ਕੋਈ ਗਲਾਬੀ ਐਕਸ਼ਨ ਉਸੇ ਕਰਕੇ ਨਹੀਂ ਹੋ ਰਿਹਾ ਕਿਉਂਕਿ ਅਮਰਪਾਲ ਪ੍ਰਦਰਸ਼ਨ ਨਾ ਕਰ ਦਵੇ ਉਧਰ ਗੋਪਤਵਾਪਾ ਨੂੰ ਜੀ 20 ਦਾ ਸਵਾਗਤ ਕਰੀ ਜਾ ਰਿਹਾ ਹੈ। ਕਾਸਤੀ ਆਪਣੀ ਆ ਚੁੱਕੀ ਹੈ। ਹਾਂਜੀ ਹਾਲੇ ਪਰਸੋਂ ਹੀ ਆਕੇ ਗਏ ਹੈ ਨਾ ਰਾਸ਼ਟਰਪਤੀ। ਉੱਥੇ ਤੇ ਰਾਸ਼ਟਰਪਤੀ ਆਈ ਹੈ ਉਹਦਾ ਕਿਸੇ ਨੇ ਕੋਈ ਬੜਾ ਕੁਝ ਨਹੀਂ ਹੋਇਆ। ਇਹ ਠੀਕ ਹੈ ਕਿ ਬਾਹਰਲੇ ਮੁਲਕਾਂ ਤੋਂ ਆਉਣੇ ਆ ਤੇ ਏਡਾ ਵੀ ਹੁੰਦਾ ਕਿ ਹਾਂ 19 ਜਿਹੜੀ ਸਿਕਿਉਰਿਟੀ ਦੀ ਲੋੜ ਹੋ ਸਕਦੀ ਹੈ ਪਰ ਉਹਦੇ 'ਚ ਗੱਲ ਹੈਗੀ ਹੈ ਕਿ ਮੁੱਦੇ ਕਿਹੜੇ ਆ? ਜਿਹੜੇ ਵਿਚਾਰੇ ਜਾਣੇ ਆ ਮੀਟਿੰਗ ਦਾ ਹੀ ਰੌਲਾ ਪੈਂਦਾ ਨਾ ਜੀ ਰੌਲਾ ਹੈਗਾ ਅਜੰਡਾ ਕੀ ਆ ਉਸ ਮੀਟਿੰਗ ਦਾ ਤੇ ਉਸ ਅਜੰਡੇ ਚ ਪੰਜਾਬ ਚ ਕੋਈ ਇਨਵੈਸਟਮੈਂਟ ਹੋਊਗੀ ਜਾਂ ਭਾਰਤ ਚ ਕੋਈ ਹੋਊਗੀ ਤੇ ਉਹਦਾ ਬਾਬੇਲਾ ਤਾਂ ਜਿਆਦਾ ਬੰਨਿਆ ਜਾਂਦਾ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਮੀਟਿੰਗਾਂ ਕਰਦੇ ਰਹੇ ਮਹਾਰਾਸ਼ਟਰ ਜਾ ਕੇ ਹੋਰ ਹੂੰ ਹੂੰ ਹੁਣ ਵੀ ਚੱਲਦੀਆਂ ਤੇ ਮੋਦੀ ਸਾਹਿਬ ਵੀ ਬਾਹਰ ਜਾ ਕੇ ਦੂਜੇ ਮੁਲਕਾਂ ਚ ਵੱਡੀਆਂ ਵੱਡੀਆਂ ਮੀਟਿੰਗਾਂ ਕਰ ਦਿੰਦੇ ਆ ਤੇ ਉਹਦੇ ਚ ਜਿਵੇਂ ਸਾਡੇ ਕਮਰਸ ਮੰ minister ਪਿਊਸ਼ ਗੋਲ 2022 ਅਗਸਤ ਜਾਂ ਸਤੰਬਰ ਚ ਆ ਕੈਲੀਫੋਰਨੀਆ ਲਾਸ ਐਂਜਲਿਸ ਵਿੱਚ ਜਾ ਕੇ ਹੂੰ ਇਹ ਕਿਹਾ ਹੈ ਕਿ ਦੇਖੋ ਜੀ ਭਾਰਤ ਦੀ ਜਿਹੜੀ 91 ਹੈ ਨਾ ਇਹ ਨਿਊ ਇਕਨੋਮਿਕ ਪਾਵਰ ਹਾਊਸ ਹੋਊਗਾ 2047 ਹੂੰ ਤੇ ਉਹਦੀ ਕਿੰਨੀ ਇਕਨੋਮੀ ਹੋਊਗੀ 35 ਟ੍ਰਿਲੀਅਨ ਡਾਲਰ ਤੋਂ ਲੈ ਕੇ 47 45 ਟ੍ਰਿਲੀਅਨ ਡਾਲਰ ਹੂੰ ਇਹ ਉੱਥੇ ਅਨਾਉਂਸ ਕਰਿਆ ਹੈ ਉੱਥੇ ਵੀ ਇਨਵੈਸਟਰ ਦੀ ਮੀਟਿੰਗ ਹੀ ਸੀ ਉਹਦੇ ਵੀ ਯੂਐਸ ਦੇ ਬੰਦੇ ਸੀ ਹੈਨਾ ਜੀ ਉਸ ਤਰ੍ਹਾਂ ਦੇ ਬੰਦੇ ਇੱਥੇ ਵੀ ਹੋਣਗੇ ਅੱਜ ਜੀ 20 'ਚ ਵੀ ਆਣਾ ਅਗਲੇ ਜੀ 20 ਤੇ ਸਾਰੇ ਹੋਣੇ ਤੇ ਉਹ ਜਿਹੜਾ ਚੀਫ ਇਕਨੋਮਿਸਟ ਹੈ ਬਵੇਕ ਦੇਬਰੋਏ ਜਿਹੜੀ ਇਕਨੋਮਿਕ ਐਡਵਾਈਜ਼ਰੀ ਕਮੇਟੀ ਹੈ ਪ੍ਰਾਈਮ ਮਿਨਿਸਟਰ ਦੀ ਉਹ ਕਹਿੰਦਾ ਭਾਈ 2047 ਤੱਕ ਤਾਂ 20 ਟ੍ਰਿਲੀਅਨ ਡਾਲਰ ਹੀ ਹੋਊਗੀ 35 40 ਮਤਲਬ ਇਹ ਸਾਰਾ ਕੁਝ ਹੈ ਤੇ ਉਹਦੇ 'ਚ ਹੁਣ ਅਜੰਡਾ ਕੀ ਹੈ ਐਜੈਕਟਲੀ ਕੀ ਹੈ ਤੇ ਉਹਦਾ ਮਟੀਰੀਅਲਾਈਜ਼ ਕੀ ਹੁੰਦਾ ਜੀ ਜੀ ਜ਼ਰੂਰ 12 ਦੇ ਵਿੱਚ ਬਹੁਤ ਕੁਝ ਹੋਰ ਆਉਂਦਾ ਥੈਂਕ ਯੂ ਮਟੀਰੀਅਲਾਈਜ਼ ਕੀ ਹੁੰਦਾ ਉਹ ਆਉਣ ਵਾਲੇ ਸਮੇਂ ਜੀ ਪਤਾ ਲੱਗ ਸਕਦਾ ਤੇ ਉਦੋਂ ਜਿਹੜੇ ਏਜੰਡੇ ਵਿਚਾਰੇ ਜਾਣਗੇ ਉਸ ਵੇਲੇ ਇਹ ਠੀਕ ਹੈ ਕਿ ਪੰਜਾਬ 'ਚ ਹੋ ਰਹੀ ਹੈ ਤੇ ਸਾਨੂੰ ਕਹਿਣਾ ਚਾਹੀਦਾ 20 ਮੁਲਕਾਂ ਦੇ ਜਿਹੜੇ ਬੰਦੇ ਆ ਨਮਾਇंदे ਆ ਉੱਥੇ ਆਉਣਗੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਕੋਈ ਆਪਣਾ ਪ੍ਰਾਲਾ ਕਰੇ ਕਿ ਉਹ ਦਿਖਾਵੇ ਜੇ ਉੱਥੋਂ ਇਨਵੈਸਟਮੈਂਟ ਕੋਈ ਆ ਸਕਦੀ ਐ ਤਾਂ ਉਹਦੇ ਲਈ ਕੋ ਕੋਸ਼ਿਸ਼ ਕਰ ਲਿਓ ਤਾਂ ਇੱਥੇ ਆਏ ਬਜਾਏ ਉੱਥੇ ਜਾਣ ਦੇ ਪੈਸੇ ਖਰਚਣ ਦੇ ਜੀ ਤੇ ਮੀਟਿੰਗਾਂ ਕਰਕੇ ਕੋਈ ਉਹਦਾ ਫਾਇਦਾ ਲੈ ਸਕਦੀ ਹੋ ਤਾਂ ਲੈ ਲੈਣਾ ਚਾਹੀਦਾ ਜੀ ਥੈਂਕ ਯੂ ਥੈਂਕ ਯੂ ਸੋ ਦੋਸਤੋ ਇਸ ਹਨ ਡਾਕਟਰ ਬਲਵਿੰਦਰ ਸਿੰਘ ਆ ਇਕਨੋਮਿਕਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਐ ਨੇ ਡੀਨ ਅਕੈਡੈਮਿਕ ਪ੍ਰੀਖਿਆ ਕੰਟਰੋਲਰ ਬਹੁਤ ਸਾਰੇ ਅਹੁਦੇਵਾਂ ਤੇ ਕੰਮ ਕੀਤਾ ਆ ਸੋ ਡਾਕਟਰ ਬਲਵਿੰਦਰ ਸਿੰਘ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸასი ਸ਼ਾਲ ਸਸਿਕਾਲ ਸਸਿਕਾਲੀ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੇਂਦਰ ਸਿੰਘ ਟਿਵਾਰਾ ਨੂੰ ਵੀ ਅੱਜ ਦਾ ਪ੍ਰੋਗਰਾਮ ਇਥੇ ਸਮਾਪਤ ਕਰਨ ਦੀ دیਵਾ ਗਿਆ ਸਸਿਕਾਲ ਜੁੜੇ ਰਹੋ ਟਿਵਾਨਾ ਟੀਵੀ ਤੇ ਰੇਡੀਓ ਦੇ ਨਾਲ